ਜੀਐਸਕੇ ਟੀਵੀ ਦਾ ਧਾਰਮਿਕ ਉਪਰਾਲਾ। ਗੁਰੂ ਰੂਪ ਗੁਰਸੰਗ ਜੀ, ਆਪਾਂ ਸਤਿਗੁਰਾਂ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ ਸਾਰੀ ਸੰਗਤ ਆਪਣੀ ਰਸ਼ਨਾ ਪਵਿੱਤਰ ਕਰੋ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੇ ਜੋ ਕਿ ਪੰਜਾਬ ਦੀ ਧੜਕਣ ਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲੂਆ, ਜਿਹਨੂੰ ਅੱਜ ਦੀ ਸੁੱਖ ਦੁਨੀਆ, ਜਿੰਨੇ ਬੁੱਧੀਜੀਵੀ ਹੈ, ਜਿੰਨੇ ਇਸ ਸਮੇਂ ਦੇ ਵਿਦਵਾਨ ਨੇ, ਜਦ ਤੋਂ ਲਾ ਕੇ ਸਿੱਖਾਂ ਦੇ ਜੰਗ ਯੁੱਧ ਚੰਗੇ ਆ ਰਹੇ, ਖਾਲਸੇ ਦੇ ਚੱਲਦੇ ਆ ਰਹੇ, ਉਦੋਂ ਤੋਂ ਜੇ ਚੋਣ ਹੋਈ ਹੈ ਤਾਂ ਇੱਕ ਨਲੂਏ ਦੀ ਹੋਈ ਹੈ। ਕਰਮ ਧਰਮ ਦਾ ਪੂਰਾ ਸਿੱਖ ਮਿਸ਼ਨ 'ਚ ਢਲਿਆ ਹੋਇਆ, ਨਾਮ ਜਪਣ ਵਾਲਾ ਔਰ ਗੁਰਸਿੱਖੀ ਨੂੰ ਚਾਰ ਚੰਨ ਲਾਉਣ ਵਾਲਾ ਜੇ ਹੋਇਆ ਤਾਂ ਇੱਕ ਪੰਜਾਬ ਦੀ ਧਰਤੀ 'ਤੇ ਸਰਦਾਰ ਹਰੀ ਸਿੰਘ ਨਲੂਆ ਹੋਇਆ, ਜਿਹਦੀ ਆਪਾਂ ਅੱਜ ਗੱਲ ਕਰਨ ਲੱਗੇ ਹਾਂ। ਇਹ ਆਪਾਂ ਨੂੰ ਪਤਾ ਕਿ ਉਹਦਾ ਪਿੰਡ ਸੀ ਗੁਜਰਾਂ ਵਾਲਾ, ਪਾਕਿਸਤਾਨ 'ਚ ਅੱਜ ਜੋ ਜ਼ਿਲ੍ਹਾ। ਰਾਜਾ ਰਣਜੀਤ ਸਿੰਘ ਦਾ ਪਿੰਡ ਵੀ ਗੁਜਰਾਂ ਵਾਲਾ ਸੀ। ਸਰਦਾਰ ਹਰੀ ਸਿੰਘ ਜੀ ਸਰਦਾਰ ਗੁਰਦਿਆਲ ਸਿੰਘ ਉੱਪਲ ਦੇ ਪੁੱਤਰ ਸੀ। ਇਹ ਇੱਕ ਸਾਲ ਦੇ ਨੂੰ ਇਹਦਾ ਪਿਤਾ ਗੁਰਦਿਆਲ ਸਿੰਘ ਛੱਡ ਗਿਆ, ਰੱਬ ਘਰ ਚਲਾ ਗਿਆ। ਸਰਦਾਰ ਹਰੀ ਸਿੰਘ ਦੀ ਮਾਤਾ ਧਰਮ ਕੌਰ, ਉਹ ਹਰੀ ਸਿੰਘ ਨੂੰ ਉਠਾ ਕੇ ਆਪਣੇ ਨਾਨਕੇ ਪੇਕੇ ਘਰ ਆ ਗਈ। ਨਾਨਕੇ ਸੀ ਗੁਰਸਿੱਖੀ 'ਚ ਢਲੇ ਹੋਏ, ਹਰੀ ਸਿੰਘ ਨੂੰ ਉਹਨਾਂ ਨੇ ਪਾਲਣਾ ਸ਼ੁਰੂ ਕੀਤਾ। ਜਨਮ ਤੋਂ ਸਿੱਖੀ ਦੀ ਸਪਿਰਿਟ ਗੁਰਬਾਣੀ ਦੇ ਵਿੱਚ ਪਵਿੱਤਰ ਆਤਮਾ ਬਣ ਗਈ। ਜਦ ਸਰਦਾਰ ਹਰੀ ਸਿੰਘ ਜੀ 16 ਕੁ ਸਾਲ ਦਾ ਹੋਇਆ, ਦੁਸਹਿਰੇ ਦਾ ਮੇਲਾ ਆਇਆ ਲਾਹੌਰ, ਉੱਥੇ ਘੋੜ ਸਵਾਰ ਨੇਜੇਬਾਜ਼ੀ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਜਦ ਯੋਧੇ ਉਸ ਮੇਲੇ 'ਤੇ ਨਿਕਲੇ ਵਿਸਾਖੀ ਨੂੰ, ਤਾਂ ਸਰਦਾਰ ਹਰੀ ਸਿੰਘ 16 ਸਾਲ ਦਾ ਸੀ। ਇਹਦੇ ਕਰਤੱਵ ਦੇਖ ਕੇ ਰਣਜੀਤ ਸਿੰਘ ਰਾਜਾ ਖੁਸ਼ ਹੋਇਆ, ਬੁੱਕਲ 'ਚ ਲੈ ਕੇ ਆਦਾ, ਬੇਟਾ ਕੀ ਨਾਮ ਹੈ? ਆਦਾ ਜੀ ਹਰੀ ਸਿੰਘ ਹੈ। ਕਿਹੜਾ ਪਿੰਡ ਹੈ? ਕਹਿੰਦਾ ਜੀ ਗੁਜਰਾਂ ਵਾਲਾ। ਉੱਥੋਂ ਕਿਹਦਾ ਲੜਕਾ ਹੈ? ਆਦਾ ਜੀ ਮੈਂ ਸਰਦਾਰ ਗੁਰਦਿਆਲ ਸਿੰਘ ਉੱਪਲ ਦਾ ਸਪੁੱਤਰ ਹਾਂ। ਰਾਜਾ ਰਣਜੀਤ ਸਿੰਘ ਕਹਿੰਦਾ ਬੇਟਾ ਤੂੰ ਤਾਂ ਮੇਰੀ ਜਨਮ ਨਗਰੀ 'ਚੋਂ ਹੈ, ਸੂਰਮਾ ਵੀ ਪੂਰਾ ਹੈ, ਪਰ ਅੱਜ ਤੋਂ ਬਾਅਦ ਤੂੰ ਮੇਰਾ ਬਾਡੀਗਾਰਡ ਹੈ। 16 ਸਾਲ ਦੇ ਨੂੰ ਰਾਜਾ ਰਣਜੀਤ ਸਿੰਘ ਨੇ ਬਾਡੀਗਾਰਡ ਲਾ ਲਿਆ ਆਪਦਾ। ਇਹ ਗੱਲ ਅਤੀਤ ਉੱਚੀ ਹੈ ਕਿ 16 ਸਾਲ ਦੇ ਨੂੰ ਇੱਕ ਰਾਜਾ ਆਪਦਾ ਬਾਡੀਗਾਰਡ ਬਣਾਉਂਦਾ ਹੈ, ਜਾਨ ਦਾ ਰਾਖਾ, ਬਹੁਤ ਵੱਡੀ ਵਡਿਆਈ ਹੈ। ਜਿੱਦੇ ਹਰੀ ਸਿੰਘ ਹੋਇਆ 18 ਸਾਲ ਦਾ, ਕਸੂਰ ਦੀ ਜੰਗ ਲੱਗੀ। ਕਸੂਰ ਦੀ ਜੰਗ ਦੇ ਵਿੱਚ ਹਰੀ ਸਿੰਘ ਨੇ ਆਗਿਆ ਮੰਗੀ ਰਾਜਾ ਰਣਜੀਤ ਸਿੰਘ ਤੋਂ, ਕਹਿੰਦਾ ਜੀ ਮੈਂ ਤੁਹਾਡਾ ਬਾਡੀਗਾਰਡ ਤਾਂ ਰਹਾਂਗਾ, ਪਰ ਮੇਰੇ ਡੌਲੇ ਫਰਕਦੇ ਨੇ, ਕਸੂਰ ਦੀ ਜੰਗ ਵਿੱਚ ਮੈਨੂੰ ਤੋਰੋ। ਰਾਜਾ ਰਣਜੀਤ ਸਿੰਘ ਨੇ ਉਹਨੂੰ ਸਿਪਾਹੀ ਦੇ ਤੌਰ 'ਤੇ ਕਸੂਰ ਦੀ ਜੰਗ ਵਿੱਚ ਘੱਲਿਆ। ਜਦ ਉਹਨੇ ਤੇਗਾਂ ਮਾਰ ਮਾਰ ਕੇ ਜਿੱਤਾਂ ਪ੍ਰਾਪਤ ਕੀਤੀਆਂ, ਰਾਜਾ ਰਣਜੀਤ ਸਿੰਘ ਕਹਿੰਦਾ ਵੀ ਹਰੀ ਸਿਆ ਬਾਡੀਗਾਰਡ ਤਾਂ ਮੈਂ ਹੋਰ ਲਾ ਲੂੰ, ਪਰ ਤੂੰ ਅੱਜ ਤੋਂ ਛੋਟਾ ਜਰਨਲ ਹੈ, ਮੇਰੀ ਫੌਜ ਦਾ ਕਮਾਂਡਰ ਹੈ। ਉਹ ਜਰਨਲ ਥਾਪ ਕੇ ਜੰਗਾਂ ਯੁੱਧਾਂ ਦੇ ਵਿੱਚ ਪ੍ਰਵੇਸ਼ ਹੋ ਗਿਆ। ਇਤਿਹਾਸ ਇਹ ਦੱਸਦਾ ਬਈ ਪੰਜਾਬ ਦੀ ਧਰਤੀ ਉਦੋਂ ਬਹੁਤ ਛੋਟੀ ਸੀ। ਇਹ ਤਿੰਨ ਯੋਧੇ ਸਰਦਾਰ ਹਰੀ ਸਿੰਘ ਨਲੂਆ, ਲੇਲਾ ਪਟਾਲਾ ਦਾ ਜਾਖਲ ਦੇ ਨੇੜੋਂ ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ, ਇਹਨਾਂ ਤਿੰਨਾਂ ਯੋਧਿਆਂ ਨੇ ਫਿਰ ਖੰਡੇ ਫੜ ਕੇ ਪੰਜਾਬ ਨੂੰ ਚਾਰੇ ਪਾਸੇ ਵਧਾਤਾ, ਦਿੱਲੀ ਦੀਆਂ ਕੰਧਾਂ ਤੱਕ ਲਾਤਾ, ਇੱਧਰ ਤੋਂ ਖੈਬਰ ਦੇ ਪਹਾੜਾਂ ਤੱਕ ਲਾ ਦਿੱਤਾ। ਪੰਜਾਬ ਨੂੰ ਵਿਸ਼ਾਲ
हिमालय दियां चोटियां तक कन्याकुमारी तक आदे राजा रणजीत सिंह दे राज नूं बधाया तां इह तिन योधिआं ने बधाया। समां इक ऐसा आया आपां जिहड़ी विचार करन लगे हां कि सरदार हरी सिंह नूं अजे छोटा जरनैल थाप के रखिआ। एक दिन रणजीत सिंह घोड़े दा सवार ते नाल उहदे नलुआ जी हरी सिंह कितने जंगल विचों जा रहे ने घोड़ियां दे सवार। एक केरी शेर बुकिया हरी सिंह नलुआ कहिंदा है। उदो पहला उहनूं हरी सिंह कहिंदे सी, नलुआ नहीं कोई कहिंदा सी। जा शेर बुकिया केरी, हरी सिंह कहिंदा राजा रणजीत सिंह नूं, तेरे कोल छोटी कृपान है वड्डी है नहीं, आ मेरी कृपान लै के ते शेर ना आ डिगे। रणजीत सिंह बादशाह राजा कहिंदा बेटा हरी सिंह, जे शेर तेरे ते आ गया आदा कोई गल नहीं, आ जाण दे। तलवार दे के राजा रणजीत सिंह नूं खब्बी साइड ते होके शेर नूं आवाज़ देता, सिंह तू तां बणीदा सिंह है, मैं गुरु दा सिंह हाँ, जरा मेरे मुकाबले च इधर आ। शेर की आदत है जिथे आवाज आवे उत्थे नूं डिगद। राजा रणजीत सिंह नूं साइड दे के शेर हरी सिंह वल डिगया। इतिहास कहिंदे उहनूं पंजा नहीं चुकन दिता, तेजी कीती उहदे जबाड़े जापड़ां फड़ लिया शेर दियां, धौण तक उहनूं पाड़ के मरोड़ के जल सिटिया। राजा रणजीत सिंह ने भज के फिर श्री साहब फड़ाई, उन्हें फिर दो टुकड़े शेर दे बनाए। राजा रणजीत सिंह ने बुक्कड़ च लैके उहदे प्यार दे आंसू भी आए। वह कहिंदा हरी सिंह, ए भारत की धरती उत्ते एक होया राजा नल, या तो नल ने शेर पाड़िया सी या तू पाड़िया, वो तू तो धरती ते दूजा नल आ गया नल, नले कह दिता अज तो बाद तू मेरा सिप्पे सलार बड़ा जरनल तू। शेर दिल फौज होंगी एक 11,000 योध्या की, शेर दिल उहदा जरनल फिर हरी सिंह नलुए नूं बनाया, उहदे तो उहनूं नलुआ भी कहण लग पई। अज मैं कुछ बेनती करा, इहने 15 जंगां पंजाब की धरती दे आसे पासे लड़ियां। आपां 16वीं जंग का जिक्र करन लगे हाँ। एक दिन राजा रणजीत सिंह अटक दरिया तक सेना लैके इलाके नूं कब्जे करन वास्ते चलिया, ते किते राजा रणजीत सिंह ने कह दिता कल नूं आपां अटक तक युद्ध करांगे। ते राजा रणजीत सिंह ने ऑर्डर करता कल दा। रणजीत सिंह ने कह दिता भी तोपां घट ने, कल नूं नहीं परसों नहीं। इहने अरदास करती अकाली फूला सिंह ने, मैं जाने जाना। राजा रणजीत सिंह नूं कहिंदा तू तोपां लैके आउंदा रही, तैनूं भरोसा तोपां ते ज्यादा है, अरदास ते है नहीं, मैं तां जंग च जावांगा। कहिंदे ने बिना ही फौजां तों कुछ बंदे सी नाल अकाली फूला सिंह दे, अटक दरिया दे उरली साइड इक दसदे ने दरिया लंडा, लंडा दरिया, उत्थे लड़दा लड़दा यानी शहीद हो गया अकाली फूला सिंह। बड़ा सोग मनाया राजभवन का, सारी सिख मैनेजमेंट लैके राजा रणजीत सिंह ने फिर लंडे दरिया ते उहदी मड़ी बना के उहदा अखंड पाठ प्रकाश करके उत्थे भोग पै रहे ने। राजा रणजीत सिंह भी बैठे, जद अरदास होई राजा रणजीत सिंह दे नेत्रा चो पानी चल पिया। हरी सिंह बैठा सी सामने नलुआ, वो कहिंदा राजा जी तुसीं तां कदे आंसू नहीं सुट्टिया, सी शेर हो पंजाब दे, रोए क्यों? उहनूं वादा रणजीत सिंह कहिंदा हरी सिंह मेरी एक भुजा टुट गई, अज अकाली फूला सिंह शहीद हो गया मेरी जिंद जान, पर मैं एक गल तो मजबूर हाँ, मेरी एक आशा रह गई। आशा? रणजीत सिंह जी कहिंदे। नलुआ कहिंदा आशा तेरी रह गई, मैं तां जिउंदा बैठा, दे हुक्म की है हुण। रणजीत सिंह कहिंदा पेशावर तक तां राज हो गया,
ਖਾਲਸੇ ਦਾ। ਪਸ਼ਾਵਰ ਦੇ ਉੱਤੇ ਜਮਰੌਦ ਹੈ, ਜਮਰੌਦ ਤੇ ਰਾਜ ਹੈ ਪਠਾਣਾ ਦਾ, ਜਿਹੜਾ ਮੁਹੰਮਦ ਦੋਸਤ ਖਾਂ ਕਾਬਲ ਦਾ ਬਾਦਸ਼ਾਹ ਹੈ ਅਫਗਾਨ ਦਾ, ਉਹਨਾਂ ਦਾ ਰਾਜ ਹੈ ਜਮਰੌਦ ਦੀ ਧਰਤੀ 'ਤੇ। ਉਹ ਆਦਾ ਤੇਰੇ ਹੱਥ ਵਿੱਚ ਤਾਂ ਹੋਵੇ ਖੰਡਾ, ਹਰੀ ਸਿੰਘ ਮਾਧ ਹੈ ਰਣਜੀਤ ਸਿੰਘ ਬਾਦਸ਼ਾਹ, ਤੇਰੇ ਹੱਥ ਵਿੱਚ ਹੋਵੇ ਖੰਡਾ, ਤੂੰ ਹੋਵੇਂ ਮੇਰਾ ਜਰਨਲ। ਔਰ ਜਮਰੌਦ ਦੇ ਉੱਤੇ ਰਾਜ ਪਠਾਣਾ ਦਾ, ਜਿੰਨੇ ਹਮਲਾਵਰ ਆਏ ਸਾਰੇ ਜਮਰੌਦ ਵਿੱਚ ਦੀ ਆ ਕੇ ਭਾਰਤ ਨੂੰ ਲੁੱਟਦੇ ਰਹੇ। ਸਾਡੀਆਂ ਬੀਬੀਆਂ ਦਾ ਸਵਾ ਸਵਾ ਰੁਪਇਆ ਮੁੱਲ ਇਹਨਾਂ ਪਠਾਣਾ ਨੇ ਜਮਰੌਦ ਦੇ ਰਸਤੇ ਆ ਕੇ ਲੁੱਟਾਂ ਖੋਹਾਂ ਕਰਕੇ ਪਾਇਆ। ਹੁਣ ਮੇਰਾ ਇਰਾਦਾ ਬਈ ਜੇ ਆਪਾਂ ਜਮਰੌਦ ਨੂੰ ਕਬਜ਼ੇ ਕਰੀਏ। ਕਹਿੰਦੇ ਨਲੂਏ ਨੇ ਅਰਦਾਸ ਕਰਤੇ ਖੜਾ ਹੋ ਕੇ, ਕਹਿੰਦਾ ਰਣਜੀਤ ਸਿੰਘ ਜੀ ਕੋਈ ਜੰਗ ਮੈਂ ਜਿੱਤਿਆ ਮਹੀਨੇ 'ਚ, ਕੋਈ 20 ਦਿਨ 'ਚ, ਕੋਈ 15 ਦਿਨਾਂ 'ਚ, ਮੈਂ ਜਮਰੌਦ ਦਾ ਜੰਗ ਇੱਕੋ ਹੀ ਦਿਨ ਵਿੱਚ ਜਿੱਤਾਂਗਾ। ਬਈ 11,000 ਸ਼ੇਰ ਦਿਲ ਫੌਜ ਲੈ ਕੇ ਹਰੀ ਸਿੰਘ ਨਲੂਆ ਜਿਵੇਂ ਅਫਗਾਨਿਸਤਾਨ ਦੇ ਰਾਜੇ ਦਾ ਮੁਕਾਬਲਾ ਕਰਨ ਵਾਸਤੇ ਜਮਰੌਦ ਨੂੰ ਚੜ੍ਹਾਈ ਕਰਦਾ, ਕਹਿੰਦਾ ਮੁੜ ਕੇ ਨਾ ਵਿਕਣ ਬਜ਼ਾਰੀ ਕੰਨਿਆਂ ਕੁਵਾਰੀਆਂ, ਕਬਜ਼ੇ ਜਮਰੌਦ ਕਰਾਂਗੇ, ਕਰ ਲਓ ਹੁਣ ਤਿਆਰੀਆਂ। ਬਈ ਰਾਜਾ ਰਣਜੀਤ ਸਿੰਘ ਦਾ ਹੁਕਮ ਲੈ ਕੇ ਨਲੂਆ ਜਿਵੇਂ ਜਾਂਦਾ ਨਾ ਜਮਰੌਦ ਨੂੰ ਕਬਜ਼ੇ ਕਰਨ ਵਾਸਤੇ, ਆਪੋ ਕਵਿਤਾ ਸੁਣੋ, ਇਉਂ ਚੱਲਿਆ ਸੀ। ਉਹ ਲਾਇਆ ਦਰਬਾਰ ਰਹਾਨੇ ਸ਼ੇਰੇ ਪੰਜਾਬ ਨੇ, ਜੋ ਬਣ ਤੇ ਮੈਂ ਕਖਲਾਰੀ ਪੁਸ਼ ਪਗਾ ਲਾਭ ਨੇ, ਸਤਿਗੁਰ ਨੇ ਬਖਸ਼ਿਸ਼ ਕਰੀਆਂ ਸਿੰਘੋ ਸਰਦਾਰੀਆਂ, ਕਬਜ਼ੇ ਜਮਰੌਦ ਕਰਾਂਗੇ ਕਰ ਲਓ ਹੁਣ ਤਿਆਰੀਆਂ, ਕਬਜ਼ੇ ਜਮਰੌਦ ਕਰਾਂਗੇ। ਰੁਕੇ ਤੇ ਤਰਤਾ ਖੰਡਾ ਅੰਦਰ ਦੀਵਾਨ ਦੇ, ਝੰਡੇ ਹੁਣ ਲਾਲ ਚੁੱਲਣੇ ਜੰਗੀ ਮੈਦਾਨ ਦੇ, ਕਸ ਲੋ ਸਭ ਕਮਰ ਕਸੇ ਹੁਣ ਪੈਦਲ ਅਸਬਾਗਾਰੀਆਂ, ਕਬਜ਼ੇ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ, ਕਬਜ਼ੇ ਜਮਰੌਦ ਕਰਾਂਗੇ। ਉਹ ਕਲਖ ਦਾ ਟਿੱਕਾ ਲਾਤਾ ਮਸਤਕ ਨੂੰ ਦੇਸ਼ ਦੇ, ਨੀਆਂ ਵਿੱਚ ਲਾਲ ਚਣਾ ਤੇ ਦਸਵੇਂ ਦਸਮੇਸ਼ ਦੇ, ਕਾਲਖ ਦਾ ਟਿੱਕਾ ਲਾਤਾ ਮਸਤਕ ਨੂੰ ਦੇਸ਼ ਦੇ, ਨੀਆਂ ਵਿੱਚ ਲਾਲ ਚਣਾ ਤੇ ਸਤਿਗੁਰ ਦਸਮੇਸ਼ ਦੇ, ਗਿਣ ਗਿਣ ਕੇ ਲੈ ਲੋ ਬਦਲੇ ਚੱਕੋ ਦੋ ਤਾਰੀਆਂ, ਕਬਜ਼ੇ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ, ਕਬਜ਼ੇ ਜਮਰੌਦ ਕਰਾਂਗੇ। ਸਤਿਗੁਰ ਤੋਂ ਪਾਈ ਸਿੰਘੋ ਅੰਮ੍ਰਿਤ ਦੀ ਦਾਤ ਹੈ, ਸਿੱਖੀ ਦਾ ਸੂਰਜ ਚਮਕੋ ਮੁਸਲਮ ਦੀ ਰਾਤ ਹੈ, ਮੁੜ ਕੇ ਨਾ ਵਿਕਣ ਬਜ਼ਾਰੀ ਕੰਨਿਆਂ ਕੋ ਆਵਰੀਆਂ, ਕਬਜ਼ੇ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ, ਕਬਜ਼ੇ ਜਮਰੌਦ ਕਰਾਂਗੇ। ਉਹ ਜੰਗੀ ਜਰਨੈਲ ਕਮਾਂਡਰ ਨਲੂਆ ਸਰਦਾਰ ਹੈ, ਸਿਦਕੀ ਸਿੰਘ ਰਣ ਦਾ ਜੇਤੂ ਇਹਨੂੰ ਅਖਤਿਆਰ ਹੈ, ਭੁੱਲੇ ਨਾ ਕਦੇ ਖਾਲਸਾ ਵੀ ਭੁੱਲੇ ਨਾ ਕਦੇ ਖਾਲਸਾ, ਮਾਰਾ ਜੋ ਮਾਰੀਆਂ ਕਬਜ਼ੇ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ, ਕਬਜ਼ੇ ਜਮਰੌਦ ਕਰਾਂਗੇ। ਹਿੱਸਾ ਪੰਜਾਬ ਦੇਸ਼ ਦਾ ਸਾਡਾ ਅਫਗਾਨ ਹੈ, ਕਾਬਲ ਫਲ ਦੇਸ਼ ਪਸੋਰੀ ਭਾਰਤ ਦੀ ਸ਼ਾਨ ਹੈ, ਕਬਜ਼ੇ ਕਰ ਲਿਆ ਪਠਾਣਾ ਕਰਕੇ ਗਦਾਰੀਆਂ, ਕਬਜ਼ੇ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ, ਕਬਜ਼ੇ ਜਮਰੌਦ ਕਰਾਂਗੇ। ਚੰਦਾ ਲਹਿਰਾਉ ਕੇਸਰੀ ਹੁਣ ਤਾਂ ਦਿਨ ਦੂਰ ਨਹੀਂ, ਚੰਦਨ ਦੀ ਗੱਲੀ ਦੇ ਸੰਗ
ਕਸੂਰ ਨਹੀਂ ਕੰਨਾਂ ਨੂੰ ਹੱਥ ਲਾਉਣਗੇ ਤੇ ਗਾ ਜਦ ਮਾਰੀਆਂ ਕਵਜੇ ਜਮਰੋਦ ਕਰਾਂਗੇ ਖਿੱਚ ਲੋ ਹੁਣ ਤਿਆਰੀਆਂ ਕਵਜੇ ਜਮਰੋਦ ਕਰਾਂਗੇ ਨਲੂਆਂ ਨੇ ਲਾਈਆਂ ਸਿੰਦੋ ਤੋਂ ਸੇ ਟਕੋਰਾਂ ਨੇ ਧਰਤੀ ਦਾ ਜਿਗਰ ਹਲਾਤਾ ਜੰਗੀ ਕਨਕੋਰਾਂ ਨੇ ਪੰਛੀ ਜੋ ਲਾਉਣ ਬਰਾੜਾ ਘੋੜੇ ਓ ਡਾਰੀਆਂ ਕਵਜੇ ਜਮਰੋਦ ਕਰਾਂਗੇ ਕਰ ਲੋ ਹੁਣ ਤਿਆਰੀਆਂ ਕਵਜੇ ਜਮਰੋਦ ਕਰਾਂਗੇ ਯੋਧਾ ਹਰੀ ਸਿੰਘ ਨਲੂਆ 11,000 ਫੌਜ ਲੈ ਕੇ ਜਦ ਚੱਲਿਆ ਨਾ ਜਮਰੋਦ ਨੂੰ ਧਰਤੀ ਅੰਬਰ ਦੇ ਤਿੱਗ ਹਿਲਾਉਂਦਾ ਹੁਣ ਇੱਥੇ ਇਉਂ ਦੱਸਿਆ ਕਿ ਜਮਰੋਦ ਤੋਂ 5 ਮੀਲ ਪਿੱਛੇ ਜਦ ਪਹੁੰਚਿਆ ਨਾ ਹਰੀ ਸਿੰਘ ਨਲੂਆ ਤੇ ਉਹ ਆਦਾ ਬਈ ਸਿੰਘੋ ਆ 5 ਮੀਲ ਪਿੱਛੇ ਆਪਾਂ ਅੱਡਾ ਲਾ ਲਓ ਸਿੰਘ ਕਹਿੰਦੇ ਜੀ ਕਰੋ ਹਮਲਾ ਨਲੂਆ ਕਹਿੰਦਾ ਐਦਾਂ ਨਹੀਂ ਹਮਲਾ ਕਰਦੇ ਹੁੰਦੇ ਸਿੰਘ ਪਹਿਲਾਂ ਆਪਾਂ ਜਿਹੜਾ ਬਾਦਸ਼ਾਹ ਨਾ ਮੁਹੰਮਦ ਦੋਸਤ ਖਾਂ ਕਾਬਲ ਦਾ ਉਹਨੂੰ ਸੁਨੇਹਾ ਦਿਓ ਉਹਨੂੰ ਆਖੋ ਬਈ ਜੰਗ ਯੁੱਧ ਕਰਨ ਵਾਸਤੇ ਤਿਆਰ ਹੋ ਕੇ ਤੂੰ ਮੈਦਾਨ ਵਿੱਚ ਆ ਜਾ ਆਪਾਂ ਨੇ ਧੋਖੇ ਨਾਲ ਨਹੀਂ ਜੰਗ ਰਚਣਾ ਹੁਣ ਇੱਥੇ ਖਾਲਸਾ ਵਹਿ ਗਿਆ 5 ਮੀਲ ਪਿੱਛੇ ਜਮਰੋਦ ਤੋਂ ਹਰੀ ਸਿੰਘ ਨਲੂਆ ਲਿਖਦਾ ਇੱਕ ਚਿੱਠੀ ਉਹ ਕਿਹਨੂੰ ਲਿਖਦਾ ਉਹ ਕਾਬਲ ਦੇ ਬਾਦਸ਼ਾਹ ਮੁਹੰਮਦ ਦੋਸਤ ਖਾਂ ਨੂੰ ਉਹਨੂੰ ਕਹਿੰਦਾ ਨਲੂਆ ਦੋਸਤ ਖਾਂ ਬਾਦਸ਼ਾਹ ਨੂੰ ਕਾਬਲ ਦੇ ਨੂੰ ਉਹ ਆਦਾ ਬਈ ਗੱਲ ਇਹ ਹੈ ਤੈਨੂੰ ਪਤਾ ਲੱਗਿਆ ਹੋਣਾ ਚਾਹੀਦਾ ਕਿ ਹਰੀ ਸਿੰਘ ਨਲੂਆ ਰਾਜਾ ਰਣਜੀਤ ਸਿੰਘ ਦਾ ਜਰਨੈਲ ਆਪਣੀ ਸੈਨਾ ਲੈ ਕੇ ਉਹ ਜਮਰੋਦ ਤੋਂ 4 ਕੋਹ ਪਿੱਛੇ ਬੈਠੇ ਜਾਂ ਤਾਂ ਤੁਸੀਂ ਹੁਣ ਰਾਜਾ ਰਣਜੀਤ ਸਿੰਘ ਦਾ ਹੁਕਮ ਮੰਨ ਕੇ ਜਮਰੋਦ ਨੂੰ ਕਰ ਦਿਓ ਖਾਲੀ ਨਲੂਆ ਕਹਿੰਦਾ ਮੁਹੰਮਦ ਦੋਸਤ ਖਾਂ ਨੂੰ ਜਮਰੋਦ ਖਾਲੀ ਕਰ ਦਿਓ ਅਤੇ ਪਹਾੜਾਂ 'ਤੇ ਚਲੇ ਜਾਓ ਕੋਈ ਇਤਰਾਜ਼ ਨਹੀਂ ਜੇ ਜਮਰੋਦ ਦੇ ਉੱਤੇ ਤੂੰ ਕਬਜ਼ਾ ਰੱਖਣਾ ਚਾਹੁੰਦਾ ਤਾਂ ਫਿਰ ਮੈਦਾਨ ਵਿੱਚ ਆ ਜਾ ਆਪਣੀ ਸੈਨਾ ਲੈ ਕੇ ਕਿਉਂਕਿ ਮੈਂ ਹਾਂ ਹਰੀ ਸਿੰਘ ਨਲੂਆ ਮੇਰੇ ਪੈਰਾਂ ਥੱਲੇ ਮੇਦਨੀ ਕੰਬਦੀ ਹੈ ਜਦ ਮੈਂ ਜੰਗ ਨੂੰ ਚੜ੍ਹਦਾ ਹਰੀ ਸਿੰਘ ਨਲੂਏ ਨੇ ਕੁਛ ਵਿਚਾਰਿਆਂ ਦੱਸੀਆਂ ਖਤ ਲਿਖਿਆ ਨਲੂਏ ਸ਼ੇਰ ਨੇ ਸੁਣ ਦੋਸਤ ਖਾਨ ਪਠਾਨ ਉਹ ਮੈਨੂੰ ਦੁਨੀਆ ਨਲੂਆ ਆਖਦੀ ਮੈਂ ਹਾਂ ਭਾਰਤ ਮਾਂ ਦੀ ਸ਼ਾਨ ਆ ਜਾ ਤੂੰ ਮੈਦਾਨ ਵਿੱਚ ਮੈਂ ਜੰਗ ਵਿੱਚ ਭੜਥੂ ਪਾਮਦਾ ਮੈਂ ਚੜ੍ਹਦਾ ਵਾਂਗ ਤੂਫਾਨ ਉਹ ਮੈਂ ਜੇਤੂ ਹਾਂ ਇਸ ਰਣਾ ਦਾ ਖੜ ਜਾਨਾ ਮੈਂ ਥੰਮ ਸਮਾਨ ਬਈ ਆਹ ਕਵਿਤਾ ਵੀਰਾਂ ਦੀ ਸਰਵਣ ਕਰੋ ਹਰੀ ਸਿੰਘ ਨਲੂਆ ਜਮਰੋਦ ਤੋਂ 4 ਕੋਹ ਪਿੱਛੇ ਬਈ ਇੱਕ ਮੁਹੰਮਦ ਦੋਸਤ ਖਾਂ ਕਾਬਲ ਦੇ ਬਾਦਸ਼ਾਹ ਨੂੰ ਆਪਣੀ ਚਿੱਠੀ ਰਾਹੀਂ ਤਿਆਰ ਬਰ ਤਿਆਰ ਕਰਦਾ ਤੂੰ ਮੈਦਾਨ ਵਿੱਚ ਆ ਜਾ ਅਤੇ ਨਹੀਂ ਤਾਂ ਅਸੀਂ ਕਬਜ਼ਾ ਜਮਰੋਦ 'ਤੇ ਕਰ ਲਾਂਗੇ ਹਰੀ ਸਿੰਘ ਜੀ ਸਪਸ਼ਟ ਇਉਂ ਕਰਦੇ ਨੇ ਹੋ ਖਤ ਲਿਖਿਆ ਨਲੂਏ ਸ਼ੇਰ ਨੇ ਸੁਣ ਦੋਸਤ ਖਾਨ ਪਠਾਣ ਆਗੇ ਖਲਗੀ ਤਰਦੇ ਸੂਰਮੇ ਹਾਂ ਪਹੁੰਚੇ ਵਿੱਚ ਮੈਦਾਨ ਹੋ ਮੈਂ ਸਿੰਘ ਗੁਰੂ ਦਸ਼ਮੇਸ਼ ਦਾ ਉਸ ਦਾ ਸਿੰਘ ਗੁਰੂ ਦਸ਼ਮੇਸ਼ ਦਾ ਏ ਸਾਡਾ ਸਿੱਖੀ ਪੰਥ ਨਿਸ਼ਾਨ ਮੈਨੂੰ ਦੁਨੀਆ ਨਲੂਆ ਆਖਦੀ ਮੈਂ ਭਾਰਤ ਮਾਂ ਦੀ ਸ਼ਾਨ ਦੁੱਧ ਮਾਸ਼ੀਣੀ ਦਾ ਚੁੰਗਿਆ ਮੇਰੀ ਛਾਤੀ ਸਖਤ ਚਟਾਨ ਉਹ ਮੈਂ ਤੋਂ ਡਰ ਡਰ ਉੱਠਣ ਪਠਾਣੀਆਂ ਪਠਾਣੀਆਂ ਡਰ ਡਰ ਉੱਠਣ ਪਠਾਣੀਆਂ ਉਹ ਨਾਲੇ ਡਰ ਦੇ ਭੱਜਣ ਪਠਾਣ
चढ़दा वांग तूफान, मैं पर्वत वांग अडोल हाए अते खड़दा थम समान। ओ डोले पैरा थले मेदनी मेदनी, पैरा थले मेदनी, ओ जद हो वे जंग कम सान, तेरे बचने नहीं प्राण। हुण कर उड़ीकां तेरियां तेरियां, कर उड़ीकां तेरियां, हो तेरा कफन कब्र स्थान। सुता शेर जगा लिया जगा लिया, सुता शेर जगा लिया, ओ तू हो के अनजान। फुलाहां सिंह अकाली सूर में इथे महा सिंह जहे जान, कहिंदे जिस्म फुलादी जिन्ना दे जिन्ना दे, जिस्म फुलादी जिन्ना दे, हम जीनो जाने कल जहान। दोस्त खान पढ़ के डोले खांदी जान। जद हरी सिंह नलुए दा परचा लेके जथेदार महा सिंह छोटा जरनल सी फौज दा, जथेदार महा सिंह नलुए ने कहता जथेदार जी तुसी जाओ काबल दी राजधानी विच, मुहम्मद दोस्त खान परचा देके उनू सूचित करो भी या तो जमराद खाली कर दे या फिर जंग वास्ते मैदान च आ जाए, उन्हों परचा दो। जद कहते ना जथेदार महा सिंह काबल की धरती ते जाके जद मुहम्मद दोस्त खान के सामने होया, मुहम्मद दोस्त खान ने दूरों देखिया भी पंजे कक्कियां दा पूरा एक सिंह आउंदा गुरु का, हथ विच उहदे परचे। मुहम्मद दोस्त खान घबरा गया, कहदा शायद अज मेरी खैर नहीं है। ताकि यह ऐ लगता है भी हरी सिंह नलुए का परचा होगा। पंजाब की धरती के आसे पासे बहुत साल हो गए उहदा जंगी खंडा खड़कदे नूं, मुहम्मद दोस्त खां कहिंदा शायद अज मेरी वारी आ गई। जद जाके जथेदार महा सिंह ने परचा फड़ाया, मुहम्मद दोस्त खां ने पढ़िया, धड़कन लग गया कुर्सी ते बैठा। उहदे जरनल सी सेनापति फौज दे चार, 80,000 फौज हुंदी काबल दे बादशाह अफगानिस्तान दी, 80,000 चार जरनल हुंदे। उन्हें चारे जरनल बुला के परचा मूहरे रखता, वादा भाई जरनलो आ सरदार महा सिंह जी जथेदार परचा लेके आए ने, यह नलुए का कहना है भी या तो जमरौद को खाली करके पहाड़ों पर चले जाओ। जमरौद के आसे पासे जिहड़ा मैदानी इलाका है इहदे ते खालसे का झंडा झूलूगा जमरौद के किले उत्ते, तुसी इहनू खाली करके निकल जाओ, जे नहीं तो मैदान विच आ जाओ, आपां जंग करिए। कहिंदे जद चारे जरनलां ने उह परचा पढ़िया, शेरां वांगू भड़क उठे, क्योंकि ये भारत की दुनिया ते दो कौम जंगी ने, या तो गुरु का खालसा या काबल दे पठान। इन दोहां दा जंग युद्ध संसार च मशहूर है, बाकी कौम इन्हां दा मुकाबला नहीं कोई करदी धरती ते।
ਜਦ ਆਦੇ ਚਾਰੇ ਪਠਾਨ ਆਦੇ ਨੇ ਮੁਹੰਮਦ ਦੋਸਤ ਖਾਨ ਨੂੰ ਕਹਿੰਦੇ ਐ ਨਹੀਂ ਜਵਰਾਉਦ ਖਾਲੀ ਕਰਦੇ ਅਸੀਂ ਮੈਦਾਨ ਵਿੱਚ ਖੰਡੇ ਖੜਕਾਵਾਂਗੇ ਯੁੱਧ ਕਰਾਂਗੇ ਬਲਕਿ ਨਲੂਏ ਨੂੰ ਵੀ ਅੱਜ ਪਤਾ ਲੱਗੂ ਮੇਰਾ ਮੱਥਾ ਕਿਹਦੇ ਨਾਲ ਲੱਗੇ ਹਾਲੇ ਤਾਂ ਭਾਰਤ ਦੇ ਆਸੇ ਪਾਸੇ ਪੰਜਾਬ ਦੀ ਧਰਤੀ 'ਤੇ ਜੰਗ ਚੱਲਦਾ ਸੀ ਇਹਦਾ ਪਠਾਣਾ ਨਾਲ ਮੱਥਾ ਅੱਜ ਲੱਗੂਗਾ ਕਹਿੰਦੇ ਨੇ ਜਥੇਦਾਰ ਮਹਾਂ ਸਿੰਘ ਨੂੰ ਮੋੜ ਕੇ ਪਰਚਾ ਦੇਤਾ ਮੁਹੰਮਦ ਦੋਸਤ ਖਾਨ ਨੇ ਜਥੇਦਾਰ ਜੀ ਜਾਓ ਜਾ ਕੇ ਤੁਸੀਂ ਹਰੀ ਸਿੰਘ ਨਲੂਏ ਨੂੰ ਕਹਿ ਦਿਓ ਤਿਆਰੀ ਰੱਖੇ ਅਸੀਂ ਪਹਾੜਾਂ ਤੋਂ ਆਪਣੀ ਫੌਜ ਇਕੱਠੀ ਕਰਕੇ 80,000 ਸੈਨਾ ਅੱਜ ਕੱਲ੍ਹ ਪਰਸੋਂ 3 ਦਿਨਾਂ 'ਚ ਫੌਜ ਇਕੱਠੀ ਕਰਕੇ ਉਤਰ ਰਹੇ ਹਾਂ ਮੁਕਾਬਲਾ ਕਰਨ ਨੂੰ ਤਿਆਰ ਰਹੇ ਜਦੋਂ ਪਰਚਾ ਮੋੜਤਾ ਹਰੀ ਸਿੰਘ ਨਲੂਏ ਕੋਲ ਕਾਗਜ਼ ਆ ਗਿਆ ਉਹ ਆਖਦਾ ਬਹੁਤ ਸ਼ੁਕਰੀਆ ਭਾਵੇਂ 5 ਦਿਨ 'ਚ ਆ ਜਾਣ ਜਦ ਮੈਦਾਨ ਵਿੱਚ ਆਊ 80,000 ਸੈਨਾ ਉਦੋਂ ਦੋ ਹੱਥ ਕਰਾਂਗੇ ਆਦੇ ਨੇ ਪਠਾਣਾ ਨੇ ਚੌਥੇ ਦਿਨ ਸਾਰੀ ਸੈਨਾ 80,000 ਇਕੱਠੀ ਕਰਕੇ ਕਿਉਂਕਿ ਮੁਕਾਬਲਾ ਨਲੂਏ ਦਾ ਸਾਰਿਆਂ ਤੋਂ ਸਿਰੇ ਦਾ ਸੀ ਘਬਰਾਏ ਸੀ ਪਠਾਣ 80,000 ਫੌਜ ਇਕੱਠੀ ਕਰਕੇ ਪਹਾੜਾਂ ਤੋਂ ਥੱਲੇ ਉਤਰਿਆ ਚਾਰ ਰਸਤਿਆਂ ਥਾਈਂ ਚਾਰ ਰਾਹਾਂ ਥਾਈਂ 20,000 ਫੌਜ ਦੀ ਟੁਕੜੀ ਉਤਾਰੀ ਪਠਾਣ ਕਹਿੰਦੇ ਨੇ ਰਸਤੇ ਨੂੰ ਦਰਰਾ ਚਾਰ ਦਰਿਆਂ ਥਾਈਂ ਸੈਨਾ ਉਤਰੀ ਜਦ ਨੇੜੇ ਆਈ ਨਾ ਜਮਰੌਦ ਦੇ ਬਾਸਾਂ ਦੀ ਤੂੜੀ ਕਰਦੀ ਆਵੇ ਫੌਜ ਪਠਾਣਾਂ ਦੀ ਅੰਬਰਾਂ ਤੱਕ ਧੂੜ ਪਹੁੰਚੀ ਪਤਾ ਲੱਗਿਆ ਨਲੂਏ ਨੂੰ ਬਈ ਫੌਜ ਆ ਗਈ ਜਦ ਉਹ ਲੰਘ ਕੇ ਜਮਰੌਦ ਨੂੰ ਸਾਹਮਣੇ ਹੋਣ ਲੱਗੇ ਤਾਂ ਹਰੀ ਸਿੰਘ ਨਲੂਏ ਨੇ ਦੇਖਿਆ ਵੀ ਇਹ ਸੈਨਾ ਪਠਾਣਾਂ ਦੀ ਆ ਉਤਰੀ ਇਹ ਆਪਣੇ ਘੋੜੇ ਦਾ ਸਵਾਰ ਹੋ ਕੇ ਉੱਚਾ ਖੰਡਾ ਕਰਕੇ ਪਠਾਣਾਂ ਦੇ ਸਾਹਮਣੇ ਇਕੱਲਾ ਹੀ ਜਾ ਕੇ ਖੜਾ ਹੋ ਗਿਆ ਪਠਾਣ ਬੱਚਿਓ ਜਿਹੜੇ ਜਰਨਲ ਹੋ ਉਹ ਆਓ ਆਪਾਂ ਜੰਗ ਯੁੱਧ ਦਾ ਮਿਸ਼ਨ ਵੀ ਕਿੱਦਾਂ ਜੰਗ ਲੜਨਾ ਚਾਰੇ ਪਠਾਣ ਘੋੜਿਆਂ ਦੀ ਸਵਾਰ ਹੋ ਕੇ ਰਣ ਭੂਮੀ ਵਿੱਚ ਆ ਗਏ ਵੱਡਾ ਸੀ ਮਿਰਜ਼ਾ ਸੰਮੀ ਖਾਂ ਜਦ ਉਹ ਸਾਹਮਣੇ ਆਇਆ ਨਾ ਹਰੀ ਸਿੰਘ ਨਲੂਏ ਦੇ ਚਾਰੇ ਪਠਾਣ ਲਾਈਨ 'ਚ ਖੜ੍ਹੇ ਨਲੂਆ ਉਤਰਿਆ ਸਾਰਿਆਂ ਨਾਲ ਹੱਥ ਮਿਲਾਉਣ ਲੱਗਿਆ ਜਿਹਦੇ ਨਾਲ ਹੱਥ ਮਿਲ ਜੇ ਮੋਢੇ ਤੱਕ ਭੁਜਾ ਸੁੰਨ ਕਰਦੇ ਕਹਿੰਦੇ ਨਲੂਏ ਦੀ ਬਾਡੀ ਬਹੁਤ ਕੰਮ ਦੀ ਅੰਦਰ ਬੰਦਗੀ ਦੀ ਲਾਈਟ ਭਰਿਆ ਹੋਇਆ ਰਸ ਦਾ ਜਦ ਹੱਥ ਮਿਲਾਵੇ ਸੁੰਨ ਕਰਦਾ ਤੁਰਿਆ ਜਾਵੇ ਫਿਰ ਕਹਿੰਦਾ ਪਠਾਣਾਂ ਨੂੰ ਪਠਾਣ ਬੱਚਿਓ ਯੁੱਧ ਦਾ ਮਿਸ਼ਨ ਇਹ ਹੈ ਧਿਆਨ ਕਰੋ ਕਿਵੇਂ ਲੜਾਂਗੇ ਆਦੇ ਜੀ ਦੱਸੋ ਕਹਿੰਦਾ ਇੱਕ ਤਾਂ ਡਿੱਗੇ ਪਏ ਤੇ ਵਾਰ ਨਹੀਂ ਕਰਨਾ ਤੁਹਾਡਾ ਪਠਾਣ ਕੋਈ ਡਿੱਗ ਪਏ ਅਸੀਂ ਨਹੀਂ ਵਾਰ ਕਰਾਂਗੇ ਸਾਡਾ ਸਿੰਘ ਕੁਦਰਤੀ ਗੇੜਾ ਖਾ ਜੇ ਧਰਤੀ 'ਤੇ ਗਿਰ ਜੇ ਤੁਸੀਂ ਨਹੀਂ ਵਾਰ ਕਰਨਾ ਇੱਕ ਜੇ ਕੋਈ ਹੱਥ ਖੜੇ ਕਰ ਦੇਵੇ ਉਹਦੇ 'ਤੇ ਨਹੀਂ ਵਾਰ ਕਰਨਾ ਜਿਹੜਾ ਖੰਡਾ ਲੈ ਕੇ ਛਾਤੀ ਉਭਾਰ ਕੇ ਮੈਦਾਨ ਵਿੱਚ ਆਉਂਦਾ ਯੁੱਧ ਉਹਦੇ ਨਾਲ ਕਰਨਾ ਪਠਾਣ ਬੱਚੇ ਬੜੇ ਖੁਸ਼ ਹੋਏ ਆਹਦੇ ਵੀ ਬੜੀ ਮਰਜ਼ਾਦਾ ਦਾ ਬੰਦਾ ਇੱਕ ਨਲੂਆ ਕਹਿੰਦਾ ਹੋਰ ਸੁਣ ਲਓ ਇੱਕ ਮੈਂ ਇੱਕ ਪਰਨ ਕਰਕੇ ਆਇਆ ਕੋਈ ਜੰਗ ਮੈਂ ਜਿੱਤਿਆ ਮਹੀਨੇ 'ਚ ਕੋਈ 20 ਦਿਨ 'ਚ ਕੋਈ 10 ਦਿਨ 'ਚ ਇਹ ਜਿਹੜਾ ਕਾਬਲ ਦਾ ਜੰਗ ਹੈ ਮੈਂ ਇੱਕੋ ਹੀ ਦਿਨ 'ਚ ਜਿੱਤਣਾ ਜਿਹੜਾ ਜਮਰੌਦ ਦਾ ਜੰਗ ਹੈ ਤੜਕੇ ਨੂੰ ਰੱਖ ਕੇ ਆਥਣ ਤੱਕ ਮੈਂ ਫਤਿਹ ਕਰ ਦੇਣਾ ਐਂ ਦੱਸਦੇ ਨੇ ਪਠਾਣਾਂ ਦੇ ਦਿਲ ਕੰਬ ਗਏ ਕਿਉਂਕਿ ਬੰਦਾ ਬੰਦੇ ਨੂੰ ਖੜੇ ਨੂੰ ਜਿੱਤ ਜਾਂਦਾ ਨਜ਼ਰਾਂ ਨਾਲ ਅਤੇ ਵਿਚਾਰਾਂ ਨਾਲ ਕਹਿੰਦੇ ਨੇ ਹਰੀ ਸਿੰਘ ਨਲੂਏ ਮੂਹਰੇ ਨੀਵੀਆਂ ਪੈ ਗਈਆਂ ਪਠਾਣਾਂ ਦੀਆਂ ਵੀ ਸ਼ਾਇਦ ਇਹ ਜਿੱਤੂਗਾ ਕਹਿੰਦਾ ਨਲੂਆ ਪਠਾਣ ਬੱਚਿਓ ਜਾਓ ਅੱਜ ਸ਼ਾਮ ਹੋ ਰਹੀ ਹੈ ਆਰਾਮ ਕਰੋ ਜਿੱਥੋਂ ਸੂਰਜ ਨਿਕਲਿਆ ਉੱਥੇ ਆਪਾਂ ਮੈਦਾਨ ਦੇ ਵਿੱਚ ਲਾਲ ਝੰਡੇ ਟੂਲ ਦੇ ਚਾੜ ਕੇ ਮੈਦਾਨ ਵਿੱਚ ਉਤਰਾਂਗੇ ਉਹ ਆਦੇ ਜੀ ਠੀਕ ਹੈ ਹੁਣ ਪਿਆਰੇ ਦੋਨੇ ਪਾਸੇ ਸੈਨਾ ਸੁੱਤੀ ਆ ਆਰਾਮ ਨਾਲ ਕੋਈ ਚਿੰਤਾ ਨਹੀਂ ਕੋਈ ਧੋਖੇ ਦਾ ਜੰਗ ਨਹੀਂ ਜਦ ਦਿਨ ਨਿਕਲਿਆ ਇੱਧਰੋਂ ਤਾਂ ਪਠਾਣਾਂ ਨੇ ਨਾਰਾ ਲਾਇਆ ਅਲੀ ਦਾ ਇੱਧਰੋਂ ਕਲਗੀ ਵਾਲੇ ਦੇ ਸਿੱਖਾਂ ਨੇ ਨਲੂਏ ਨੇ ਅਕਾਲ ਦੇ ਜਕਾਰੇ ਗੁੰਜਾ ਕੇ ਜਦ ਮੈਦਾਨ ਵਿੱਚ ਜੰਗੀ ਤੇਗਾਂ ਖੜਕਣ ਲੱਗੀਆਂ ਇੱਕ ਗਿਣਤੀ ਦੀ ਵੀ ਅਜੀਬ ਗੱਲ ਹੈ ਨਲੂਏ ਕੋਲ ਤਾਂ ਸਿਰਫ 11,000 ਫੌਜ ਸੀ ਸ਼ੇਰ ਦਿਲ
उन्हें कहा सी मैं होर नहीं मदद मंगाउणी। उन्हां कोले 80,000 है रण दे विच उतरे, पर जदों खंडे लैके ना मैदान विच सिंह बड़े सत्थर पाउंदे तुरे जाण, ऐ दस्सिया कहिंदे हरी सिंह नलूआ फौजां नहीं लड़ाउंदा सी, खुद आप मैदान विच उतर के जंग करदा हुंदा सी। उहदे कोले इउं समझ आउंदी है कहिंदे 4 घंटे हरी सिंह नलूए दे थल्ले कोई कोई घोड़ा कटदा, घोड़े नूं नचाउंदा, खंडा घुमाउंदा। जद उह बड़ा ना पछा पठाणा दी सैना विच हरी सिंह नलूआ सत्थर लगे बिछण, आदे ने मैदान हुंदा जांदा वेला, पठान घबरा गए। आदे उह तां कहिंदा सी मैं आथण नूं जितूंगा, इह तां शायद बारां नहीं बजण दिंदा, आपां हथ उत खड़े करो। इत्थे कविता सुणो ਵੀ ਜੂਝਣ ਵਿੱਚ ਮੈਦਾਨ ਦੇ ਯੋਧੇ ਅਣਖੀਲੇ, ਜਿਹੜਾ ਜਮਰੌਲ ਦੇ ਕਿਲੇ ਦਾ ਪਹਿਲਾ ਜੰਗ ਸੀ ਹਰੀ ਸਿੰਘ ਨਲੂਏ ਦਾ, ਆਪ ਉਹ ਸਰਵਣ ਕਰੋ। ਇੱਕ ਪਾਸੇ 80,000 ਫੌਜ ਹੈ, ਇੱਕ ਪਾਸੇ 11,000 ਸ਼ੇਰ ਦਿਲ ਕਲਗੀ ਵਾਲੇ ਦੇ ਸਪੁੱਤਰ। ਜੰਗ ਜਮਰੌਲ ਦਾ 16ਵਾਂ ਇਉਂ ਹੁੰਦਾ ਸੀ, ਉਹ ਲੈ ਕੇ ਨਾਮ ਅਕਾਲ ਦਾ ਲਾ ਚੋਟ ਨਗਾਰੇ, ਕਰਗੇ ਪਾਰ ਚਨਾਬ ਨੂੰ ਸੱਤ ਗੁਰ ਦੇ ਪਿਆਰੇ, ਕਰਗੇ ਪਾਰ ਚਨਾਬ ਨੂੰ ਸੱਤ ਗੁਰ ਦੇ ਪਿਆਰੇ। ਹੋ ਕਟਾ ਚੜੀ ਜੋ ਸਾਣ ਦੀ ਸੀ ਬਾਣੇ ਨੀਲੇ, ਜੂਝਣ ਵਿੱਚ ਮੈਦਾਨ ਦੇ ਯੋਧੇ ਅਣਖੀਲੇ, ਜੂਝਣ ਵਿੱਚ ਮੈਦਾਨ ਦੇ ਯੋਧੇ ਅਣਖੀਲੇ। ਕੰਦਾ ਨਲਵਾ ਨਲਵਾ ਕੋ ਕਦੇ ਕਈ
ਦਾਨ ਦੇ ਜੋ ਦੇ ਅਣਖੀਲੇ ਪੈਰੀ ਤਲਦੀਆਂ ਖਾਲਸੇ ਫੜ ਸ਼ਫਾ ਬਛਾਈਆਂ ਸ਼ਫਾ ਬਛਾਈਆਂ ਰਕਤ ਪੀਣ ਕਲ ਜੋਗਣਾ ਸੀ ਉਤਰ ਆਈਆਂ ਰਕਤ ਪੀਣ ਕਲ ਜੋਗਣਾ ਸੀ ਉਤਰ ਆਈਆਂ ਉਹ ਕਲ ਤੇ ਸ਼ਹਿਰ ਬਰਾੜ ਦੀ ਜਾ ਜਾਮ ਨਸ਼ੀਲੇ ਜੋਜਣ ਵਿੱਚ ਮੈਦਾਨ ਦੇ ਜੋ ਦੇ ਅਣਖੀਲੇ ਜੋਜਣ ਵਿੱਚ ਮੈਦਾਨ ਦੇ ਜੋ ਦੇ ਅਣਖੀਲੇ ਬੈਰੀ ਦਲ ਦੀਆਂ ਖਾਲਸੇ ਫੜ ਸਫਾ ਬਛਾਈਆਂ ਰਕਤ ਪੀਣ ਕਲ ਜੋਗਣਾ ਸੀ ਉੱਤਰ ਆਈਆਂ ਸੁੱਤੇ ਪਏ ਵਿੱਚ ਰਣਾ ਦੇ ਕਈ ਸ਼ੈਲ ਸ਼ਬੀਲੇ ਅੱਧ ਨੇ ਜਦੋਂ ਸੱਥਰ ਲੱਗੇ ਵਿਸ਼ਣ ਪਠਾਣਾ ਨੇ ਵਿਚਾਰ ਕੀਤਾ ਨਲੂਆ ਦਾ ਅਸੀਂ ਹੱਥ ਖੜੇ ਕਰ ਦਿਓ ਪਠਾਣਾ ਦੇ ਹੁਣ ਨਹੀਂ ਬਾਹ ਚੱਲਦੀ ਹੁਣ ਤਾਂ ਭਾਵੇਂ ਸਣੇ ਪੈਰ ਖੜੇ ਕਰੋ ਆਪਣੀ ਜਾਨ ਬਚਾਓ ਇਤਿਹਾਸ ਵਿੱਚ ਇੱਕ ਰਿਕਾਰਡ ਹੈ ਇੱਕ ਦਿਨ ਵਿੱਚ ਜੰਗ 11,000 ਸ਼ੇਰ ਦਿਲ ਫੌਜ ਨਾਲ ਨਲੂਏ ਨੇ 80,000 ਦਾ ਮੂੰਹ ਮੋੜ ਕੇ ਆਦੇ ਨੇ ਹੱਥ ਖੜੇ ਕਰੀ ਜਾਣ ਤੋਬਾ ਤੋਬਾ ਕਰਕੇ ਭੱਜੀ ਜਾਣ ਇਤਿਹਾਸ ਗਵਾਹ ਹੈ ਸ਼ਾਮ ਨੂੰ ਹਰੀ ਸਿੰਘ ਨਲੂਏ ਨੇ ਜਮਰੌਲ ਦੀ ਕੱਚੀ ਗੜੀ 'ਤੇ ਝੰਡਾ ਜਾ ਚੜ੍ਹਿਆ ਉਦੋਂ ਜਿਹੜਾ ਜਮਰੌਦ ਦਾ ਕਿਲ੍ਹਾ ਆਪਾਂ ਅੱਜ ਆਦੇ ਹਾਂ ਇਹ ਕਿਲ੍ਹਾ ਨਹੀਂ ਸੀ ਉਦੋਂ ਕੱਚੀ ਜੀ ਗੜੀ ਸੀ ਜਮਰੌਦ ਦੀ ਉਹਦੇ ਉੱਤੇ ਹਰੀ ਸਿੰਘ ਨਲੂਏ ਨੇ ਆਪਣਾ ਝੰਡਾ ਜਾ ਲਹਿਰਾਇਆ ਪਠਾਨ ਜਾ ਭੱਜੇ ਹੁਣ ਹਰੀ ਸਿੰਘ ਨਲੂਆ ਕਹਿੰਦਾ ਸ਼ੁਕਰ ਹੈ ਕਲਗੀ ਵਾਲੇ ਸਤਿਗੁਰੂ ਦਾ ਮੇਰਾ ਪਰਨ ਪੂਰਾ ਹੋਇਆ ਇੱਥੇ ਇਤਿਹਾਸ ਵਿੱਚ ਇਉਂ ਲਿਖਿਆ ਵੀ ਫਿਰ ਹਰੀ ਸਿੰਘ ਨਲੂਏ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਜਮਰੌਦ ਦੇ ਕਿਲ੍ਹੇ ਦੀ ਨੀਂਹ ਰੱਖੀ ਦਰਸ਼ਨ ਤਾਂ ਨਹੀਂ ਕਦੇ ਕੀਤੇ ਜਮਰੌਦ ਦੇ ਕਿਲ੍ਹੇ ਦੇ ਜਿਹੜੇ ਫੌਜੀ ਆਉਂਦੇ ਨੇ ਉਹਨਾਂ ਨੇ ਦੱਸਿਆ ਵੀ 300 ਮੁਰੱਬਾ ਗਜ ਦੀ ਧਰਤੀ 'ਤੇ ਜਮਰੌਦ ਦਾ ਕਿਲ੍ਹਾ ਉਸਾਰਿਆ ਉਹਦੀਆਂ 3-3 ਗਜ ਦੀਆਂ ਪੱਥਰ ਦੀਆਂ ਨੀਂਹਾਂ ਕੰਧਾਂ ਨੇ ਉੱਚੀਆਂ ਆਦੇ ਹਰੀ ਸਿੰਘ ਨਲੂਆ ਕਹਿੰਦਾ ਜਥੇਦਾਰ ਮਹਾਂ ਸਿੰਘ ਨੂੰ ਕਹਿੰਦਾ ਜਥੇਦਾਰ ਆ 700 ਸਿੰਘ ਤੇਰਾ ਸੇਵਾਦਾਰ ਹੈ ਇਹ ਕਿਲ੍ਹੇ ਦਾ ਸਮਾਨ ਲਿਆਊਗਾ ਪਿਸ਼ਾਵਰ 'ਚੋਂ ਸਮਾਨ ਆਈ ਜਾਊ ਤੂੰ ਚਿਣੀ ਜਾਏ ਨੀ ਕਹਿੰਦੇ ਨੇ ਜਥੇਦਾਰ ਮਹਾਂ ਸਿੰਘ ਫਿਰ ਉਹ ਕਿਲ੍ਹੇ ਦੀ ਉਸਾਰੀ ਦਾ ਮਾਲਕ ਬਣ ਗਿਆ ਇਤਿਹਾਸ ਦੱਸਦਾ 1 ਸਾਲ ਕਿਲ੍ਹਾ ਪੈਂਦਾ ਰਿਹਾ ਨਲੂਆ ਤਾਂ ਜਾ ਬਣਿਆ ਨਾ ਆਪਣੇ ਜੰਗਾਂ ਯੁੱਧਾਂ ਵਿੱਚ ਪੰਜਾਬ ਦੀਆਂ ਬਾਰਡਰਾਂ 'ਤੇ ਪਰ ਜਿੱਦੇ ਕਿਲ੍ਹੇ ਦੀ ਛੱਤ ਪੈ ਰਹੀ ਸੀ ਉਦੇ ਇੱਕ ਹੋਰ ਭਾਣਾ ਵਰਤਿਆ ਸਾਲ ਬਾਅਦ ਜਦੋਂ ਕਿਲ੍ਹੇ ਦੀ ਛੱਤ ਪੈਣ ਲੱਗੀ ਐਂ ਦੱਸਦੇ ਨੇ ਜਮਰੌਲ ਦੇ ਕਿਲ੍ਹੇ ਤੋਂ 4 ਮੀਲ ਛਿਪਦੀ ਸਾਈਡ ਇੱਕ ਪਿੰਡ ਹੈ ਪੰਡਤਾਂ ਦਾ ਉਹਦਾ ਨਾਮ ਹੈ ਖੂਰਮ ਪੰਡਤਾਂ ਦਾ ਪਿੰਡ ਉਹਦੇ ਵਿੱਚ ਇੱਕ ਪਰਸ਼ੁਰਾਮ ਪੰਡਤ ਸੀ ਖੂਰਮ ਪਿੰਡ ਵਿੱਚ ਉਹਦੀ ਪੁੱਤਰੀ ਸੀ ਸਰਨੀ ਦੇਵੀ ਉਹ ਜਵਾਨ ਹੋ ਗਈ ਸਰਨੀ ਦੇਵੀ ਭਾਣਾ ਕੀ ਵਰਤਿਆ ਉਹਨਾਂ ਨੇ ਬਰਾਤ ਮੰਗਾਈ ਸਰਨੀ ਦੇਵੀ ਦੇ ਫੇਰੇ ਕੀਤੇ ਤੇ ਡੋਲੇ ਵਿੱਚ ਪਾਤੀ ਜਦ ਸਰਨੀ ਦੇਵੀ ਨੂੰ ਲੈ ਕੇ ਕੁਹਾਰ ਚੱਲੇ ਉਦੋਂ ਬੀਬੀਆਂ ਰੱਥ ਗੱਡੀਆਂ ਨਹੀਂ ਹੁੰਦੀਆਂ ਸੀ ਬੀਬੀਆਂ ਉਦੋਂ ਕੁਹਾਰਾਂ 'ਤੇ ਮੋਢਿਆਂ 'ਤੇ ਜਾਂਦੀਆਂ ਹੁੰਦੀਆਂ ਕੁਹਾਰਾਂ ਨੇ ਡੋਲਾ ਚੱਕ ਲਿਆ 100 ਬੰਦਾ ਬ੍ਰਾਹਮਣਾਂ ਦੀ ਬਰਾਤ ਦਾ ਪਿੱਛੇ ਬਰਾਤ ਆਉਂਦੀ ਹੈ ਭਾਣਾ ਇਹ ਵਰਤਿਆ ਉਸ ਇਲਾਕੇ ਦਾ ਇੱਕ ਧਾੜ ਵੀ ਹੁੰਦਾ ਸੀ ਪਠਾਨ ਉਹਦਾ ਨਾਂ ਸੀ ਕਾਲੇ ਖਾਂ ਕਾਲੇ ਖਾਂ ਦੀ ਪਾਵਰ ਇੰਨੀ ਸੀ ਜਿਵੇਂ ਅੱਜ ਦੇ ਜ਼ਮਾਨੇ ਦਾ ਲਦੇਨ ਹੋਇਆ ਨਾ ਲਦੇਨ ਜਿਹਨੂੰ ਅਮਰੀਕਾ ਨੇ ਮਸਾਂ ਕਬਜ਼ੇ ਕੀਤੇ ਟਾਵਰ ਭੰਨੇ ਅਮਰੀਕਾ ਦੇ ਐਡਾ ਧਾੜ ਵੀ ਪਹਾੜਾਂ ਦੀਆਂ ਕੰਦਰਾਂ 'ਚ ਉਹਦੇ ਰਹਿਣ ਸਹਿਣ ਦੇ ਕਿਲ੍ਹੇ ਉਸ ਕਾਲੇ ਖਾਂ ਦੇ ਉਹ ਕਿਤੇ 5-7-10 ਦਿਨਾਂ ਬਾਅਦ ਨਿਕਲਦਾ ਆਪਦੇ ਘੋੜੇ ਲੈ ਕੇ
25 ਉਹਦੇ ਸੇਵਕ ਹੁੰਦੇ ਪਠਾਨ 25 ਘੋੜੇ ਉਹ ਜਾ ਕੇ ਕਿਸੇ ਪਿੰਡ ਨੂੰ ਘੇਰ ਲੈਂਦੇ ਲੁੱਟ ਕਸੋਟ ਕੇ ਮਾਇਆ ਉਸੇ ਕੰਦਰਾਂ ਵਿੱਚ ਆਪਦਿਆਂ ਕਿਲਿਆਂ 'ਚ ਫਿਰ ਜਾ ਉਤਰਦੇ ਉੱਧਰੋਂ ਤਾਂ ਸਰਨੀ ਦੇਵੀ ਦਾ ਡੋਲਾ ਲਈ ਆਉਂਦੇ ਨੇ ਜਮਰੌਦ ਦੇ ਕਿਲੇ ਤੋਂ ਉੱਤਰ ਵਾਲੀ ਸਾਈਡ ਨਿਕਲ ਗਏ ਦੋ ਚਾਰ ਕੁ ਮੀਲ ਉੱਧਰੋਂ ਕਾਲੇ ਖਾਂ ਆਪਦੇ ਪਠਾਣਾਂ ਨੂੰ ਲੈ ਕੇ ਪੱਚੀਆਂ ਨੂੰ ਆਪਦੇ ਘੋੜੇ ਲੈ ਕੇ ਉਹ ਵੀ ਨਿਕਲਿਆ ਆ ਵੀ ਰਾਸ਼ਨ ਮੁੱਕ ਗਿਆ ਆਪਾਂ ਥੋੜ੍ਹਾ ਬਹੁਤਾ ਕੁਛ ਲੁੱਟ ਮਾਰ ਕਰਕੇ ਲਿਆਈਏ ਜਦੋਂ ਕਾਲੇ ਖਾਂ ਨਿਕਲ ਕੇ ਕਿਤੇ ਮੈਦਾਨ ਵਿੱਚ ਆਇਆ ਅੱਗੋਂ ਬਰਾਤ ਆਉਂਦੀ ਹੈ ਬ੍ਰਾਹਮਣਾਂ ਦੀ ਡੋਲੇ 'ਚ ਬੀਬੀ ਹੈ ਕਾਲੇ ਖਾਂ ਕਹਿੰਦਾ ਵੀ ਚੰਗੇ ਸ਼ਗਨੇ ਨਿਕਲੇ ਸੀ ਕੋਈ ਪਿੰਡ ਨਾ ਘੇਰਨਾ ਪਿਆ ਪਹਿਲਾਂ ਬਰਾਤ ਨੂੰ ਘੇਰੋ ਇਹਨਾਂ ਕੋਲ ਇੱਕ ਨਿਸ਼ਾਨੀ ਇਹ ਵੀ ਡੋਲੇ 'ਚ ਬੀਬੀ ਹੈ ਡੋਲੇ ਦੇ ਵਿੱਚ ਜਿਹੜੀ ਬੋਲੀ ਹੁੰਦੀ ਹੈ ਉਹਦੇ 'ਤੇ ਮਾਪੇ ਵੀ ਸਹੁਰੇ ਵੀ ਜ਼ੋਰ ਲਾ ਕੇ ਸੋਨਾ ਚਾਂਦੀ ਪਾਉਂਦੇ ਨੇ ਇਹਨੂੰ ਲੁੱਟਾਂਗੇ ਜਦ ਆਲੇ ਦੁਆਲੇ ਘੋੜੇ ਆ ਗਏ ਨਾ 25 ਪਠਾਣਾਂ ਦੇ ਬ੍ਰਾਹਮਣਾਂ ਦੀ ਬਰਾਤ ਸੀ ਵਿਚਾਰਿਆਂ ਦੀ ਕੰਬ ਉੱਠੀ ਕਾਲੇ ਖਾਂ ਕਹਿੰਦੇ ਬ੍ਰਾਹਮਣਾਂ ਨੂੰ ਡੋਲਾ ਲਾ ਦਿਓ ਉਹ ਵਿਚਾਰੇ ਕੰਬ ਗਏ ਭਾਵੇਂ ਬੰਦਾ 100 ਸੀ ਪਠਾਣ ਤਾਂ ਕੁਛ ਹੋਰ ਸ਼ਕਲ ਉਦੋਂ ਦੇ ਬ੍ਰਾਹਮਣਾਂ ਦੀਆਂ ਟੰਗਮੀਆਂ ਧੋਤੀਆਂ ਹੁੰਦੀਆਂ ਪੀਲੇ ਜਿਹੇ ਪਟਕੇ ਹੁੰਦੇ ਮੱਥੇ 'ਚ ਤਿਲਕ ਉਈ ਵਿਚਾਰੇ ਰਾਮ ਗਊਆਂ ਜਿਹੀਆਂ ਹੁੰਦੀਆਂ ਕਾਲੇ ਖਾਂ ਕਹਿੰਦੇ ਇਹਨਾਂ ਨੇ ਬੋਲਣਾ ਨਹੀਂ ਚੱਲਣਾ ਨਹੀਂ ਘੇਰ ਲਓ ਆਲੇ ਦੁਆਲੇ ਬਰਾਤ ਸਾਰੀ ਇਕੱਠੀ ਕਰਕੇ ਇੱਕ ਸਾਈਡ 'ਤੇ ਬਿਠਾ ਤੀ ਕਾਲੇ ਖਾਂ ਕਹਿੰਦਾ ਵੀ ਬ੍ਰਾਹਮਣੋ ਇਕੱਲਾ ਇਕੱਲਾ ਆਈ ਜਾਓ ਤਲਾਸ਼ੀ ਦੇ ਕੇ ਇੱਧਰ ਬੈਠੀ ਜਾਓ ਜੋ ਸੀ ਵਿਚਾਰੇ ਕੋਲ ਕੁਛ 100 ਦਾ 100 ਬੰਦਾ ਲੁੱਟ ਕੇ ਬਰਾਤ ਇੱਕ ਪਾਸੇ ਕਰਕੇ ਬਿਠਾ ਦਿੱਤੀ ਕਾਲੇ ਖਾਂ ਕਹਿੰਦਾ ਜਿਹੜੀ ਬਿਓਲੀ ਬੀਬੀ ਹੈ ਇਹਨੂੰ ਕੱਢੋ ਬਾਹਰ ਡੋਲੇ 'ਚੋਂ ਬ੍ਰਾਹਮਣਾਂ ਨੇ ਹੱਥ ਜੋੜੇ ਕਾਲੇ ਖਾਂ ਜੀ ਜਿੰਨਾ ਬੀਬੀ ਕੋਲ ਸਮਾਨ ਹੈ ਸੋਨਾ ਚਾਂਦੀ ਅਸੀਂ ਅੰਦਰੋਂ ਹੀ ਲੈ ਕੇ ਬੀਬੀ ਤੋਂ ਤੁਹਾਨੂੰ ਇਮਾਨ ਨਾਲ ਦੇ ਦਿੰਦੇ ਹਾਂ ਸਭ ਕੁਛ ਪਰ ਬੀਬੀ ਬਾਹਰ ਨਾ ਕੱਢੋ ਕਾਲੇ ਖਾਂ ਕਹਿੰਦਾ ਕਿਉਂ ਉਹ ਆਦੇ ਜੀ ਗੱਲ ਹੈ ਸਵਾਲ ਹੈ ਇੱਜ਼ਤ ਦਾ ਬੀਬੀ ਨੰਗੇ ਮੂੰਹ ਨਾ ਬਾਹਰ ਕਰੋ ਕੋਈ ਇਹਦਾ ਸਹੁਰਾ ਹੈ ਕੋਈ ਪਤਿਉਰ ਹੈ ਕੋਈ ਜੇਠ ਹੈ ਉਦੋਂ ਪਰਦੇ 'ਚ ਹੁੰਦੀਆਂ ਬੀਬੀਆਂ ਕਾਲੇ ਖਾਂ ਹੰਕਾਰ ਕੇ ਭਭਕ ਕੇ ਸ਼ੇਰ ਜਿਉਂ ਕਹਿੰਦਾ ਉਹ ਪੰਡਤੋ ਤੁਹਾਨੂੰ ਇੱਜ਼ਤ ਦਾ ਵੀ ਪਤਾ ਇੱਜ਼ਤ ਕੀ ਹੁੰਦੀ ਹੈ ਉਹ ਤੁਹਾਡੀਆਂ ਧੀਆਂ ਦਾ 125 ਰੁਪਇਆ ਮੁੱਲ ਪੈਂਦਾ ਬਾਜ਼ਾਰ 'ਚ ਵਿਕਦੀਆਂ ਨੇ ਤੁਸੀਂ ਇੱਜ਼ਤ ਸਮਝਦੇ ਹੋ ਹੰਕਾਰੀ ਨੇ ਆ ਕੇ ਡੋਲੇ ਦੇ ਨੇੜੇ ਪਾ ਕੇ ਵਿੱਚ ਭੁਜਾ ਸਰਨੀ ਦੇਵੀ ਦੀ ਭੁਜਾ ਫੜ ਕੇ ਬਾਹਰ ਖਿੱਚ ਲਈ ਡੋਲੇ ਕੋਲ ਖੜੀ ਹੋ ਗਈ ਕੀ ਕਰੇ ਪਰ ਇੱਕ ਅਜੀਬ ਗੱਲ ਇਤਿਹਾਸ ਕਹਿੰਦਾ ਕਈ ਜਨਮਾਂ ਦਾ ਉਸ ਬੀਬੀ ਦਾ ਕੋਈ ਤਪ ਕੀਤਾ ਸੀ ਬੰਦਗੀ ਜਿਹਨੇ ਸਿੱਖ ਇਤਿਹਾਸ ਵਿੱਚ ਧਰੂਂ ਤਾਰੇ ਵਾਂਗੂ ਚਮਕਣਾ ਸੀ ਜਦੋਂ ਡੋਲੇ ਕੋਲ ਖੜੀ ਉਹਦੇ 'ਤੇ ਸੁੰਦਰਤਾ ਜ਼ਿਆਦੇ ਸ਼ਕਲ ਬਹੁਤ ਹੀ ਉੱਚੀ ਸਰੂ ਵਰਗਾ ਕੱਦ ਜਦ ਕਾਲੇ ਖਾਂ ਦੇ ਸਾਥੀ ਉਹ ਬੀਬੀ ਦਾ ਸੋਨਾ ਚਾਂਦੀ ਲਾਹੁਣ ਲੱਗੇ ਕਾਲੇ ਖਾਂ ਉਹਦੀ ਸ਼ਕਲ ਵੇਖ ਕੇ ਕੰਬ ਗਿਆ ਕਹਿੰਦੇ ਇਹਦਾ ਸ਼ਿੰਗਾਰ ਨਾ ਉਤਾਰੋ ਆਦੇ ਬਈ ਕਿਉਂ ਕਾਲੇ ਖਾਂ ਕਹਿੰਦੇ ਇਹਦੇ ਤਾਂ ਸ਼ਿੰਗਾਰ ਆਪਾਂ ਹੋਰ ਲਾਵਾਂਗੇ ਇਹ ਤਾਂ ਸਾਰਾ ਹੀ ਸਿਉਣਾ ਇਹ ਤਾਂ ਭਾਗਾਂ ਨਾਲ ਆਪਣੇ ਹੱਥ ਆ ਗਈ ਇਹ ਨਹੀਂ ਦੇਣੀ ਬ੍ਰਾਹਮਣਾਂ ਨੂੰ ਪਹਿਲਾਂ ਤਾਂ ਕਿਹਾ ਸੀ ਵੀ ਸੋਨਾ ਚਾਂਦੀ ਲੁੱਟ ਲਾਂਗੇ ਲੜਕੀ ਆਪਦੀ ਲੈ ਜਿਓ ਜਦ ਉਹਦੀ ਸ਼ਕਲ ਸੁੰਦਰਤਾ ਭਾਗ ਲੱਗਿਆ ਵੇਖਿਆ ਕਾਲੇ ਖਾਂ ਦੀ ਮੱਤ ਮਾਰੀ ਗਈ ਕਹਿੰਦਾ ਜਿਹੜੇ ਮੇਰੇ ਪਹਾੜਾਂ ਦੀਆਂ ਕੰਦਰਾਂ 'ਚ ਕਿਲੇ ਨੇ ਇਹ ਤਾਂ ਉਹਨਾਂ ਕਿਲਿਆਂ ਦਾ ਸ਼ਿੰਗਾਰ ਬਣੂਗੀ ਮੈਂ ਇਹਨੂੰ ਨਹੀਂ ਦੇਣਾ ਬ੍ਰਾਹਮਣਾਂ ਨੂੰ ਬਸ ਹੰਕਾਰ ਕੇ ਕਹਿੰਦਾ ਪੰਡਤੋ ਚਲੇ ਜਾਓ ਇਹ ਤੁਹਾਡੇ ਲਾਇਕ ਨਹੀਂ ਹੈ ਉਹ ਤੁਹਾਡੇ ਗਰੀਬਾਂ ਦੇ ਕੀ ਖਾਊਗੀ ਚਲੇ ਜਾਓ ਕਹਿੰਦੇ ਬ੍ਰਾਹਮਣ ਇਕੱਲਾ ਇਕੱਲਾ ਨੀਵੀਂ ਪਾ ਕੇ ਨਿਕਲ ਗਿਆ ਵਿਚਾਰਾ ਗਰੀਬ ਜਿਹਾ ਲਾਣਾ ਹੁੰਦਾ ਸੀ ਅਤੇ ਜਿਹੜਾ ਉਹ ਬੀਬੀ ਦੇ ਘਰ ਵਾਲਾ ਸੀ ਦੇਵੀ ਚੰਦ ਉਹਨੇ ਉਦੋਂ ਕਿਹੜਾ ਕੋਈ ਲੜਕੀ ਨੂੰ ਪਹਿਲਾਂ ਵੇਖਦਾ ਹੁੰਦਾ ਜਦ ਉਹਨੇ ਸ਼ਕਲ ਵੇਖੀ ਵੀ ਮੇਰੇ ਭਾਗਾਂ 'ਚ ਆਹ ਸੀ ਸਰਨੀ ਦੇਵੀ ਜਿਹਨੂੰ ਮੈਂ ਲਈ ਜਾਂਦਾ ਸੀ ਉਹ ਤੋਂ ਕਦਮ ਨਾ ਪੱਟੀ ਜਾਵੇ ਸਰਨੀ ਦੇਵੀ ਦੇ ਮੂੰਹ ਵੱਲ ਝਾਕੀ ਜਾਵੇ ਕਾਲੇ ਖਾਂ ਕਹਿੰਦਾ 100 ਬੰਦਾ ਤੁਰ ਗਿਆ ਇਹ ਅਜੇ ਆਪਦੀ ਪਤਨੀ ਸਮਝਦਾ ਦੇਵੀ ਚੰਦ
वो नेड़े होके उन्हें खंडा खिंच लिया काले खां ने भी ला इहदा सिर। सरनी देवी ने देख लिया भी तलवार मार के तेरे पति का सिर लाहूगा। वो शेर जो भबकी मूहरे आ गई कहते काले खां रुक जा खंडा ना वादी। काले खां ऊता कद डरदा सी पर उहदे सुंदरता दियां किरणां उहदे हिरदे चलिया गईयां। उहदी बाणी सुन के खड़ गया आदा की गल कहिंदी खंडा ना मारी कहिंदा सिर ना उतारी। काले खां कहिंदा फिर सौ बंदा तुर गया इह अजे जांदा नहीं तैनूं अपदी समझदा। ਉਹ ਬੀਬੀ ਆਦੀ ਕੋਈ ਨਹੀਂ ਮੈਂ ਤੋੜਦੀ ਹਾਂ ਨੇੜੇ ਆ ਗਈ ਹੱਥ ਬੰਨ ਕੇ ਆਦੀ ਪੰਡਿਤ ਜੀ ਸੌ ਬੰਦਾ ਚਲਾ ਗਿਆ ਅਤੇ ਤੁਸੀਂ ਵੇਖੀ ਜਾਂਦੇ ਹੋ ਗਏ ਨਹੀਂ। ਉਹ ਦੇਵੀ ਚੰਦਾ ਤਾਂ ਮੇਰਾ ਪਾਸੇ ਪੈਰ ਪੱਟਣ ਨੂੰ ਜੀ ਨਹੀਂ ਕਰਦਾ ਮੈਂ ਸੋਚਦਾ ਵੀ ਭਾਣਾ ਕੀ ਵਰਤਿਆ। ਉਹ ਸਰਨੀ ਦੇਵੀ ਆਦੀ ਇੱਕ ਕੰਮ ਕਰ ਸਕਦੇ ਹਾਂ ਆਪਾਂ ਜੇ ਹਿੰਮਤ ਹੈ ਇੱਟ ਪੱਥਰ ਚੱਕ ਆਪਾਂ ਜਿੱਤ ਤਾਂ ਨਹੀਂ ਸਕਦੇ ਇਹਨਾਂ ਨੂੰ ਪਰ ਆਪਾਂ ਲੜ ਕੇ ਸ਼ਹੀਦ ਹੋ ਦੋਵੇਂ ਜਣੇ ਪ੍ਰਾਣ ਦਿਓ ਆਪਣੇ ਮੈਂ ਸੱਚੀ ਸੁੱਚੀ ਰਹਿ ਜੂੰ ਰੱਬ ਕਿਤੇ ਫੇਰ ਮਿਲਾ ਦੂੰ। ਜਦ ਕਿਹਾ ਨਾ ਚੱਕ ਇੱਟ ਪੱਥਰ ਯੁੱਧ ਕਰੀਏ ਦੇਵੀ ਚੰਦ ਕੰਬ ਗਿਆ। ਉਹ ਕਹਿੰਦਾ ਸਰਨੀ ਨਾਲੇ ਤਾਂ ਮੈਂ ਜਾਨ ਗੁਆ ਦਾਂ ਨਾਲੇ ਮੈਨੂੰ ਤੂੰ ਨਾ ਪ੍ਰਾਪਤ ਹੋ ਸਕੇ ਫਿਰ ਫਾਇਦਾ ਕੀ ਹੈ। ਉਹ ਜਾਣਗੇ ਵੀ ਇਹ ਤਾਂ ਤੇਰਾ ਜਤੇਲ ਨਹੀਂ ਪੰਡਿਤ ਜੀ ਜਾਓ ਤੁਸੀਂ ਵੀ ਮੇਰੇ ਸਾਹਮਣੇ ਖਤਮ ਨਾ ਹੋਵੋ। ਉਹ ਵੀ ਨੀਵੀਂ ਪਾ ਕੇ ਤੁਰ ਗਿਆ। ਕਾਲੇ ਖਾਂ ਕਹਿੰਦਿਆ ਸਰਨੀ ਨੂੰ ਆਹਦਾ ਸਰਨੀ ਬਿਠਾਉਣਾ ਤਾਂ ਸੀ ਤੈਨੂੰ ਘੋੜੇ 'ਤੇ ਪਰ ਤੇਰੇ ਸ਼ਿੰਗਾਰੇ ਹੋਏ ਪੈਰ ਮਹਿੰਦੜ ਨਾਲ ਜਿੱਥੋਂ ਦੀ ਤੁਰਦੀਆਂ ਧਰਤੀ ਨੂੰ ਚੜ੍ਹਦਾ ਰੰਗ ਤੂੰ ਪੈਦਲ ਚੱਲ। ਹੁਣ ਕਾਲੇ ਖਾਂ ਜ਼ਾਲਮ ਦੇ ਬਚਨਾਂ ਤੋਂ ਆਹ ਕਵਿਤਾ ਸੁਣੋ ਵੀ ਜਿਉਂ ਹਰਨੀ ਜੰਗਲ ਦੀ ਚੁਗਦੀ ਚੋਗ ਸ਼ੇਰ ਨੇ ਘੇਰੀ ਜਿਵੇਂ ਕੋਈ ਗਊ ਕੋਈ ਹਰਨੀ ਜੰਗਲਾਂ ਦਾ ਘਾਹ ਚੁਗਦੀ ਹੋਵੇ ਉੱਤੇ ਸ਼ੇਰ ਆ ਚੜ੍ਹੇ ਪੰਜਾ ਮਾਰਨ ਨੂੰ ਉਹਨੂੰ ਖਤਮ ਕਰਨ ਵਾਸਤੇ। ਇੰਨੀ ਭੈੜੀ ਹਾਲਤ ਸੀ ਜਿਉਂ ਹਰਨੀ ਜੰਗਲ ਦੀ ਚੁਗਦੀ ਚੋਗ ਸ਼ੇਰ ਨੇ ਘੇਰੀ ਉਹ ਸਰਨੀ ਦੇਵੀ ਦਾ ਹਾਲ ਇੰਝ ਸੁਣੋ। ਓ ਕਾਲੇ ਖਾਂ ਜ਼ਾਲਮ ਨੇ ਓ ਘੇਰਾਇਆ ਪੰਡਤਾਂ ਨੂੰ ਪਾਇਆ ਏ ਝੱਟ ਰੋਕ ਬਰਾਤ ਲਈ ਜਾਂਦਾ ਸੀ ਡੋਲਾ ਅਟਕਾਇਆ ਓ ਖੁਸ਼ੀਆਂ ਵਿੱਚ ਜਾਂਦਾ ਤੇ ਬਿਫਤਾਇਓ ਮਾਲਕ ਨੇ ਗੇਰੀ ਜਾਂ ਹਰਨੀ ਜੰਗਲ ਦੀ ਚੁਗਦੀ ਚੋਗ ਸ਼ੇਰ ਨੇ ਘੇਰੀ ਨਗਦੀ ਨਾਮਾ ਸੀ ਲੁੱਟ ਕੇ ਕਰਤਾ ਇੱਕ ਕਿਨਾਰੇ ਫਿਰ ਡੋਏ ਬਾਲੀ ਤੇ ਪੈੜੀ ਨਜ਼ਰ ਖਾਨ ਨੇ ਗੇਰੀ ਜਾਂ ਹਰਨੀ ਜੰਗਲ ਦੀ ਚੁਗਦੀ ਚੋਗ ਸ਼ੇਰ ਨੇ ਘੇਰੀ ਹੋ ਛੱਡ ਰੰਗਲੇ ਡੋਲੇ ਨੂੰ ਹੁਣ ਤੂੰ ਬਾਹਰ ਨਿਕਲ ਕੇ ਆ ਜਾਏ ਬੇਦਰਦ ਪਠਾਣਾ ਨੇ ਕੀਤਾ ਜ਼ਖਮ ਜਿਗਰ ਵਿੱਚ ਤਾਜ਼ਾ ਆਇਆ ਬੀਬੀ ਸੋਚ ਰਹੀ ਕਿਸਮਤ ਧੋਖਾ ਦੇਗੀ ਮੇਰੀ ਜਾਂ ਹਰਨੀ ਜੰਗਲੀ ਚੁਗਦੀ ਚੋਗ ਸ਼ੇਰ ਨੇ ਘੇਰੀ ਪਰਬਤ ਸੋਨੇ ਦਾ ਕਾਲੇ ਖਾਂ ਨੇ ਇਉਂ ਫਰਮਾਇਆ ਹੁਣ ਮੁੱਲਾ ਮੋਤੀਏ ਹੀਰਾ ਬਾਗ ਨਾਲ ਹੱਥ ਆਇਆ ਹੈ ਲਾਲ ਕਰੋੜਾਂ ਦਾ ਕਬਜੇ ਕਰੋ ਕਾਸ ਦੀ ਦੇਰੀ ਜਾਂ ਹਰਨੀ ਜੰਗਲੀ ਚੁਗਦੀ ਚੋਗ ਸ਼ੇਰ ਨੇ ਘੇਰੀ ਬੰਦੀ ਮੇਰੀ ਐ ਇਹ ਬੰਦੀ ਮੇਰੀ ਐ ਜ਼ਾਲਮ ਕਹਿੰਦਾ ਪੁਜਾਏ ਉਠਾ ਕੇ ਇਹ ਤੁਹਾਡੇ ਲਾਇਕ ਨਹੀਂ ਪੰਡਤੋਂ ਤੁਰ ਜੋ ਜਾਨ ਬਚਾ ਕੇ ਹੋ ਦਰਸ਼ਨ ਬੀਬੀ ਦੇ ਜ਼ਾਲਮ ਖਾ ਗਿਆ ਘੁੰਮਣ ਘੇਰੀ ਜਾਂ ਹਰਨੀ ਜੰਗਲੀ ਚੁਗਦੀ ਚੋਗ ਸ਼ੇਰ ਨੇ ਘੇਰੀ ਤੱਕ ਤੱਕ ਕੇ ਸਰਨੀ ਨੋ ਸੀਨੇ ਤੂੰ ਪੰਡਤਾਂ ਦੇ ਪੈਂਦੀ ਇਹ ਬੂਟਾ ਸਰਗਾਂ ਦਾ ਏ ਦੁਖੜੇ ਫਿਰੂ ਬਣਾ ਮੇ ਸੈਂਦੀ ਇਹ ਬੇੜਾ ਹੱਥ ਆਉਣਾ ਨੀ ਕਰ ਦੋ ਵਿੱਚ
पंजाब दी दुनिया दी हालत ऐदा हुंदी, चंगी चौड़ी छाती वाला गभरू कुंडियां मच्छा वाला उहदी भैण नूं घोड़े ते चढ़ा के लै जाणा, बाजारां च बोलियां करनियां, आ दुर्दशा साढ़े पंजाब दी हुंदी। आदि ने जब सरनी देवी नूं तोड़ लिया उत्थे दस्सिया बई कली कूंज का बछोड़ा डारों पै गया, साथी छड़ गए सी अद विचकारे, सूहे रंगी पैरे बजी जान ठोकर, जड़े मेंगर नाल शिंगारे लाए हार ते शिंगार कूड़ जाप दे, मेहंदी नागनी समान डंग मारे, ओ सरनी देवी आदि मेरे हार शिंगार मेंदर नाल शिंगारे पैर ये तो मेरे डंग मार रहे ने, मेरे पति का तो पै गया बछोड़ा, तो ये हार शिंगार इन्हां जालमां नूं दिखाव ताहां मार दी चल पई। आदि ने काले खां कहिंदा सरनी रो ना, जिहड़े किले च जाके तू उतरेंगी उत्थे तां मणियां दा ते मोतियां दा प्रकाश है, आले दुआले सूरज भी नजर ही नहीं आउंदा, तेरे आसे पासे बांदियां होणगियां सेवादार होणगियां, तू तां शिंगार है किले दा। ओ सरनी उहदी ओ काले खां जरा होश कर, सोच के बोल तू मैनू पत्नी बनाउणी चाहुंदे। काले खां कहिंदे फिर होर बनाऊंगा भी मैं तेनू की, पत्नियां ही है। आदि नहीं नहीं तेरा भुलेख है, जिहड़ा भगतां दा रख है ना अकाल पुरख वाहिगुरु वह सौंदा नहीं, उहदी अख नहीं लगती, वह भुलदा नहीं, व्यापक है। जब मैं उहनू आवाज देती इत्थों ही प्रगट हो जू, सज्जों आवे खब्बों आवे, मेरा शहनशाह मेरी लाज बचावेगा, मैं तेरी मौत बन के तेरे सिर उत्ते कड़कांगी। काले खां कहिंदा ओए सौ बंदा ब्राह्मणा दा नीमी पा के तुर गया, लै लड़की कली ओह डराउणा चाहुंदी है। ओह कहिंदा गल इह है सरनी, जिहड़ा लाज तेरे तों बणदा बना ली, हुण तां आखरी समय तू तां मेरे महिमा दा शिंगार बणेगी। ओ बई अफसोस की गल है, सरनी देवी ब्राह्मणा दे पलड़े विचों निकल के पठाणा दे कब्जे विच हो के मूहरे होके चल पई, दिल तो टुट गया पर इको ही आस रह गई अकाल पुरख ते। भगत बछल एक होर चीज है, औखे वेले बंदा अपने मित्रां दा सज्जनां दा होर सहारे तां तकदा, जिहड़ा वाहिगुरू का सहारा तकदा उहदे कोई भाग उच्चे हुंदे ने। अकाल पुरख ने धोखा भी नहीं देना उन्हें, जिहड़ा विश्वास है भरोसा सतगुरु ते। हुण नाले तां मूहरे होके चल पई पठाणा दे, नाले याद करदी है वह दसवें पातशाह दे सिंघो अचारको ते जमरौत दा किला है, केसरी निशान झूलदा सतगुरु दा, गुरु का खालसा उत्थे सभा धान है हर वेले, अगे तो सानू ले जांदे हुंदे ना तियां वगैरियां चों, ओए अज तां थोड़े झंडे दे थल्लों जमरौत दे नेड़ों मेरी भुजा फड़ के लै चले, कोई वीर आऊगा मां जाया। नाले कहिंदी है वह जमाना भी कदे हुंदा सी, रघु कुल रीत सदा चली आई, प्राण जाए ते बचन ना जाई, इत्थे दे हिंदू लोग रघु राजे दी औलाद महाशक्तियां जंगा युद्धां दे मालक, आ भाणा की बरत गया। जद तो मुसलमान ये धरती ते आए ने हिंदुआं दी दुर्दशा हो गई, साडे मुल पैंदे ने, नाले तां पुट्ठा मुड़ मुड़ के वेखदी है, भरोसा है मेरा सतगुरु कुछ करे, अंबरां चो उतरे भावें धरती विचों निकले, मेरे शहनशाह ने मेरा सहारा करना ही करना, भरोसा सी। नाले आवाजां दिंदी जांदी है, वो कविता सुनो, आदे ने बई मैं इन्हां जालमां दा मिट्टी च मिलाए बिना अपने आप उन्हां चिर मैं होश नहीं लवांगी,
आओ भी पंजाब दे भारत दे जो दियो कोई अपनी भैन की लाज बचाओ। शानी देवी उन्हें पठाना मूहे पकारा कर दी इं जाती सी भारत दो शेरो बे कोई मर्द दलेरो बे आधो सोच करो मेरा दो आंसू गे रोवे मां शीनी दा जाया है मां शीनी दा जाया है कोई शर्मावे जे फिर याद सुनो मेरी बे कोई लाज बचावे जे हो रघु बंसर ठोड़ा दी मुल कौती पैरा दी ए टिका काल सदा सदियां तक लेना नी कोई वीर बने मेरा कोई वीर बने मेरा कोई दर्द मनावे जे पर याद सुनो मेरी कोई लाज बचावे जे और रण तर में मोड़ो बे योदे दशमेश दिया कैस गहरी नींदर में आए राखे तुसी देश दियो ए नीले बाने दी ए नीले बाने दी कोई लाज बचावे जे फर याद सुनो मेरी बे हाथ खड़गी उठावे जे हो दशमेश दलारो वे लज्जा तहरी रादी फाड़ पैण पठान तुरे थोड़े जे वीरां दी सुन कुक्का कहर दिया सुन कुक्का कहर दिया कोई आने शदावे जे पर याद सुनो मेरी कोई लाज बचावे जे है शेर शबीले नो शेरां दियां दारां नो नलुए जे जोधियां नो सिंगा सरदारां नो मैं मुड़ मुड़ वेख रही मैं मुड़ मुड़ वेख रही कोई लाज छुड़ावे जे वो कोई आन छुड़ावे जे फर याद सुनो मेरी कोई लाज बचावे जे ओ शगन दा डोला वी राह बिच रुल गया गम नाक बिछोड़े दाय सिर चखड़ चुल गया सुन कूका कहर दिया सुन कूका कहर दिया कोई आश डावे जे फरियाद सुनो मेरी फरियाद सुनो मेरी कोई लाज बचावे जे हो जो जीवन साथी सी ओ भी मुख मोड़ गया जद किस्मत हार गई ओ दामन छोड़ गया कोई बदली अरशां दी कोई बदली अरशां दी अमृत बरसावे जे फर याद सुनो मेरी दे कोई लाज बचावे जे जख्म जदाइयां दे बंद होने पाल कदे ए हाल वजोगन दा वही लिख दे बराड़ कदे राजे इकबाल जिहा राजे इकबाल जिहा कोई दर्द मनावे दे पर याद सुनो मेरी कोई लाज बचावे जे आदि है मापिया ने मैं डोले च पा दिती बराती सौ मैनू लै चलिया अकाले खां जालम ने राह विच डोला घेर के पच्ची पठाणा ने मेरी बरात नू भजा के मेरा पति भी मूँह मोड़ गया मैं कन्नी ना जालमां दे पल्ले विच आ गई अरदासा करदी है शैल शबीलियां नू शेरां दियां डारां नू नलुए जहे जोधियां नू
ਸਿੰਘਾਂ ਸਰਦਾਰਾਂ ਨੂੰ। ਕੋਈ ਬਦਲੀ ਅਰਸ਼ਾਂ ਦੀ ਅੰਮ੍ਰਿਤ ਬਰਸਾਵੇ ਜੇ, ਹੇ ਅਕਾਲ ਪੁਰਖ ਤੂੰ ਹੀ ਕਿਰਪਾ ਕਰ। ਕਾਲੇ ਖਾਂ ਕਹਿੰਦਾ, ਕਾਲੇ ਖਾਂ ਸਰਨੀ ਮੇਰੇ ਪੱਲੇ ਵਿੱਚੋਂ ਤੈਨੂੰ ਕੋਈ ਨਹੀਂ ਛੁਡਾ ਸਕਦਾ, ਨਾ ਤੇਰਾ ਰਾਮ ਆਵੇ, ਨਾ ਕ੍ਰਿਸ਼ਨ ਆਵੇ, ਨਾ ਦਸਵਾਂ ਗੁਰੂ ਆਵੇ, ਆਸਾ ਨਾ ਕਰ, ਤੂੰ ਮੇਰੇ ਕਿਲੇ ਦਾ ਸ਼ਿੰਗਾਰ ਬਣੇਗੀ। ਸਰਨੀ ਦੇਵੀ ਆਦੀ, ਕੋਈ ਗੱਲ ਨਹੀਂ, ਇੰਤਜ਼ਾਰ ਕਰ, ਮੇਰਾ ਸਤਿਗੁਰੂ ਆਉਣ ਵਾਲਾ ਹੀ ਹੈ, ਮੈਨੂੰ ਭਰੋਸਾ, ਹੁਣ ਆਇਆ, ਪਲ ਆਇਆ। ਖੱਬਿਓ ਸੱਜਿਓ ਮੇਰਾ ਸ਼ਹਿਨਸ਼ਾਹ ਅਵਤਾਰ ਲੈ ਕੇ ਉਤਰੇਗਾ। ਭਰੋਸਾ ਸੀ। ਅੱਗੇ ਆ ਗਈ ਇੱਕ ਬੌੜੀ, ਇੱਕ ਬਾਗ ਹੈ ਪਹਾੜੀ ਦਾ, ਉਹਦੇ ਕਿਨਾਰੇ 'ਤੇ ਬੌੜੀ ਮਤਲਬ ਇੱਕ ਚੌੜਾ ਜਿਹਾ ਖੂਹ, ਉਹਦੇ ਪੱਥਰਾਂ 'ਤੇ ਸਰਨੀ ਦੇਵੀ ਨੂੰ ਬਿਠਾ ਲਿਆ। ਜਦੋਂ ਧਾਹਾਂ ਮਾਰ ਕੇ ਰੋਣ ਲੱਗੀ, ਕਾਲੇ ਖਾਂ ਕਹਿੰਦੇ ਆਪਣੇ ਸਾਥੀਆਂ ਨੂੰ, ਪਠਾਣਾਂ ਨੂੰ, ਕਹਿੰਦਾ ਉਹ ਪਠਾਣ ਬੱਚਿਓ, ਇਹਨੂੰ ਰੋਣਾ ਬੰਦ ਕਰਾਓ, ਇਹਦਾ ਆ ਫਲ ਫੁੱਲ ਲਿਆਓ ਬਾਗ ਵਿੱਚੋਂ, ਇਹਦੇ ਹਾਰ ਪਾਓ, ਇਹਦੀ ਪੂਜਾ ਕਰੋ, ਇਹ ਰੋਣਾ ਹਟ ਜੇ। ਸਰਨੀ ਦੇਵੀ ਆ ਜੀ, ਉਹ ਕਾਲੇ ਖਾਂ ਦਿਲ ਦੀ ਅੱਗ ਲੱਗੀ, ਉੱਤੋਂ ਪਾਣੀ ਨਾਲ ਨਹੀਂ ਬੁੱਝਦੀ, ਕੋਈ ਨਹੀਂ ਮੇਰਾ ਸਤਿਗੁਰੂ ਇਹ ਮੇਰੀ ਅੱਗ ਨਹੀਂ ਬੁਝਾਵੇਗਾ। ਆਦਿ ਨੇ ਉਹਦਾ ਧਾਹਾਂ ਮਾਰਦੀ ਹੈ ਪੱਥਰ 'ਤੇ ਬੈਠੀ ਬੌੜੀ ਦੇ ਕਿਨਾਰੇ 'ਤੇ। ਸਾਥੀ ਲਿਆਉਂਦੇ ਨੇ ਫਲ ਫੁੱਲ, ਉਹਦੀ ਸਰਲੀ ਆਵਾਜ਼ ਨਾ ਰੋਕੇ। ਜਦੋਂ ਉਹ ਕਿਰਪਾ ਕਰਦਾ ਵਾਹਿਗੁਰੂ, ਕਹਿੰਦੇ ਨੇ ਜੇ ਸਤਿਗੁਰੂ ਕੁਛ ਕਰਿਆ ਲੋੜੇ, ਸੌ ਸਬਾਬੀ ਇੱਕ ਪਲ ਵਿੱਚ ਜੋੜੇ, ਉਹ ਤਾਂ ਸਰਬੱਗ ਹੈ, ਉਹਨੂੰ ਕੀ ਮੁਸ਼ਕਲ ਹੈ। ਆਦਿ ਨੇ ਇੱਕ ਦੋ ਰਾਹੀ ਬੁੱਢੇ, ਉਹ ਜੰਗਲ ਵਿੱਚ ਨਹੀਂ ਜਾ ਰਹੇ ਨੇ, ਬੌੜੀ ਦੇ ਨੇੜੇ ਉਹਦੀ ਰਸਤਾ ਸੀ। ਜਦੋਂ ਸਾਈਡ 'ਤੇ ਆਏ, ਉਹਨਾਂ ਨੇ ਦੇਖਿਆ ਕੋਈ ਕੰਨਿਆ ਕੁਮਾਰੀ ਲੜਕੀ ਧਾਹਾਂ ਮਾਰ ਰਹੀ ਹੈ, ਰੋ ਰਹੀ ਹੈ, ਗੱਲ ਹੈ ਕੋਈ। ਉਹ ਜਦੋਂ ਨੇੜੇ ਆਏ, ਸਰਨੀ ਦੇਵੀ ਦੇਖੀ ਇੱਕ ਬੌੜੀ 'ਤੇ ਬੈਠੀ, ਸ਼ਿੰਗਾਰ ਲੱਗੇ ਹੋਏ, ਮਹਿੰਦੜ, ਸੋਨਾ ਚਾਂਦੀ, ਹੀਰੇ ਮੋਤੀ, ਔਰ 25 ਪਠਾਣ ਖੜ੍ਹੇ, ਕਾਲੇ ਖਾਂ ਧਾੜ ਵੀ। ਉਹ ਬੁੱਢੀ ਜਰਨੈਲ ਆਦੇ ਜਿਹੜੇ ਜਾਂਦੇ ਸੀ ਨਾ ਸੇਵਾਦਾਰ, ਉਹ ਆਦੇ ਲੈ ਵੀ ਇਹ ਤਾਂ ਕਾਲੇ ਖਾਂ ਪਠਾਣ, ਇਹ ਕੰਨਿਆਂ ਨੂੰ ਬੋਲੀ ਨੂੰ ਖੋਹ ਕੇ ਲਿਆਇਆ ਕਿਤੋਂ। ਉਹ ਦੂਆ ਕਹਿੰਦੇ ਫਿਰ ਆਪਾਂ ਕੀ ਕਰ ਸਕਦੇ ਹਾਂ, ਆਪਾਂ ਤਾਂ ਦੋ ਮੁਸਾਫਰ ਹਾਂ। ਇੱਕ ਕਹਿੰਦਾ ਇਉਂ ਕਰ, ਆ ਚਾਰ ਕੋ ਜਮਰੋ ਤੱਕ ਲੈ, ਉੱਥੇ ਨਲੂਏ ਵਰਗੇ ਜਥੇਦਾਰ, ਮਹਾਂ ਸਿੰਘ ਵਰਗੇ ਗੁਰੂ ਕਾ ਖਾਲਸਾ ਹੈ, ਆਪਾਂ ਉਹਨਾਂ ਨੂੰ ਨਾ ਸੁਨੇਹਾ ਦੇਈਏ। ਉਹ ਦੂਜਾ ਦਾ ਭੁੱਲਿਆ, ਲੋਕਾਂ ਚਾਰ ਕੋ ਆਪਾਂ ਪੈਦਲ ਗਏ, ਉੱਥੇ ਕੋਈ ਹੋਇਆ ਨਾ ਹੋਇਆ, ਜੇ ਆਵੇ ਵੀ ਕੋਈ ਉੱਧਰੋਂ, ਇੰਨੇ ਵੀ ਇਹ ਪਠਾਣ ਆਪਦੀਆਂ ਪਹਾੜਾਂ ਦੀਆਂ ਕੰਦਰਾਂ 'ਚ ਜਾ ਵੜਨਗੇ, ਨੀਚੇ ਆਪਦੇ ਕਿਲਿਆਂ 'ਚ, ਆਪਾਂ ਗਏ ਰਾਸ ਨਹੀਂ ਆਉਣੇ। ਉਹ ਦੂਜਾ ਦਾ ਨਹੀਂ, ਮਰਦੇ ਹਿੰਮਤ ਮਦ ਤੇ ਖੁਦਾ, ਰੱਬ ਵੀ ਤਾਂ ਹਿੰਮਤ ਕਰਦਾ ਜੇ ਬੰਦਾ ਢੇਰੀ ਨਾ ਢਾਹੇ, ਹਿੰਮਤ ਕਰੇ। ਆਹਦਾ ਚੱਲ ਚੱਲੀਏ, ਦੋਵੇਂ ਭੱਜੇ ਬਾਹੋ ਦਾ, ਜਮਰੌਜ ਦੇ ਕਿਲੇ ਦੇ ਗੇਟ 'ਤੇ ਆ ਗਏ। ਕਿਲੇ 'ਤੇ ਬੈਠਾ ਸੀ ਜਥੇਦਾਰ ਮਹਾਂ ਸਿੰਘ, ਉਹ ਰਹਿ ਰਾਸ ਦਾ ਪਾਠ ਕਰ ਰਿਹਾ ਸੀ। ਦੋਨੋਂ ਬੁੱਢੇ ਇੱਕ ਉੱਧਰ ਇੱਕ ਉੱਧਰ ਜਥੇਦਾਰ ਦੇ ਆਸੇ ਪਾਸੇ ਹੋ ਕੇ ਪੁਕਾਰਾਂ ਕਰਨ ਲੱਗ ਗਏ, ਜਥੇਦਾਰ ਜੀ, ਜਥੇਦਾਰ ਜੀ, ਜਥੇਦਾਰ ਮਹਾਂ ਸਿੰਘ ਆਦਾ ਵੀ ਦੱਸੋ ਪਿਆਰਿਓ। ਕਹਿੰਦੇ ਜੀ ਅਸੀਂ ਚਾਰ ਕੋਹ ਤੋਂ ਆਇਆ, ਕਾਲੇ ਖਾਂ ਇੱਕ ਪਠਾਣ ਹੈ ਧਾੜ ਵੀ, ਉਹ ਕਿਸੇ ਬਿਓਲੀ ਬੀਬੀ ਨੂੰ ਸ਼ਿੰਗਾਰ ਲੱਗੇ ਹੋਏ ਖੋਹੀ ਜਾਂਦਾ, ਬਿਓਲੀ ਬੀਬੀ, ਕੋਈ ਕੋਈ ਕਰ ਸਕਦੇ ਹੋ ਉਪਾ। ਜਥੇਦਾਰ ਮਹਾਂ ਸਿੰਘ ਬੜਾ ਹੱਸਿਆ, ਖੁਸ਼ ਹੋਇਆ। ਉਹ ਬੁੱਢੀ ਆਦੀ, ਇਹਨੇ ਮੰਨਣਾ ਸੀ ਦੁੱਖ ਵੀ ਲੜਕੀ ਨੂੰ ਖੋਹੀ ਜਾਂਦੇ ਆ, ਇਹ ਤਾਂ ਖਿੜ ਖਿੜ ਕੇ ਹੱਸਿਆ। ਉਹ ਬੁੱਢੇ ਆਦੇ, ਜਥੇਦਾਰ ਜੀ ਹੱਸੇ ਕਿਉਂ? ਜਥੇਦਾਰ ਮਹਾਨ ਸਿੰਘ ਕਹਿੰਦਾ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਮੈਂ ਕਿਉਂ ਹੱਸਿਆ, ਮੈਂ ਤਾਂ ਹੱਸਿਆ, ਉਹ ਲੜਕੀ ਬਹੁਤ ਵੱਡੇ ਭਾਗਾਂ ਵਾਲੀ ਹੈ ਜਿਹਨੂੰ ਖੋਹੀ ਜਾਂਦੇ ਨੇ, ਕਰਮਾਂ ਵਾਲੀ ਹੈ। ਉਹ ਬੁੱਢੇ ਆਦੇ, ਅਸੀਂ ਆਦਿਆਂ ਬੇਭਾਗ ਹੈ, ਮਾਪਿਆਂ ਤਾਂ ਡੋਲੇ 'ਚ ਪਾਤੀ,
सहुरे पहुंची नहीं, खोह पठाना ने रस्ते विच लुट ली, तो भागा वाली कितों है। जथेदार महान सिंह कहता तुसीं गल समझो, एक साल हो गया जमराउत दा किला पैंदे नूं नीह रख गया सी हरी सिंह नलुआ अपने हत्थां नाल, मुड़ के उह नहीं कदे आया। साल हो गया, अज पैंदी आ छत इहदे ते, कुदरतों ही अज तड़के दा नलुआ भी इत्थे आया। नलुए च एडी पावर है, जे पठान असमान ते भी चढ़ जाण उत्थों ला ले, पताल लोग जो भी कर ले। मैं तां हसियां जे कल परसों चौथे हुंदा वाका शायद ये बीबी आपां ना छुड़ा सकदे। करमा वाली है, अज नलुआ भी इत्थे ही है। वह आखदे जी फिर दसो किथे नलुआ। जथेदार महान सिंह कहिंदा वह चार दीवारी जिहड़ी किले दी है ना, उहदी अंदर एक बूटे थले रहि रास दा पाठ करदा नलुआ। कोले घोड़ा खड़ा, कोले उहदे खंडा पे, हर वेले घोड़ा तैयार रहिंदा ते खंडा पाठ भी करदा। वह कहिंदा जथेदार महान सिंह तुसीं जाके उहनूं सुनेहा दिओ। दोवें बुढ़े आखदे ने हरी सिंह नलुए दे इक उधर इक उधर खड़ के आवाजां देण लग गए, नलुआ जी नलुआ जी। वह थी तो समाधि विच, पर तड़ाक तड़ाक नेत्र खुल गए। जप जी साहब नालों रह रास नालों वह अपनी सेवा नूं अपने फर्ज नूं चंगा समझदा सी। यह कोई बुढ़े खबर लेके आए ने, हाँ बई दसो। वह आखदे जी गल ये है बई एक बिहली बीबी नूं काले खां पठान खोही जांदा, असी भज्जिया चार को तो ते वह तह मार रही सी, रब जाने बैठे ने या लेके चले गए। सारा वाका दस्या, शिंगार लगे ने, बेली बीबी खोही है, कोई काले खां धाड़ भी ने, जा सारा सुनेहा सुन लिया। कहिंदे नलुए दे फिर भांबड़ मचिया हिरदे विच, क्रोध एकदम खंडा उठा के आसन तो सीधी छाल पहला घोड़े ती मारी। बागां खिचड़ियां इतिहास कहिंदे 12 फुटा कोट पत्थरां दा किले दे उत्तों दी चार दीवारी सी, गेट भी नहीं खुलाया, उधर भी नहीं गया। फिर तो घोड़े नूं वह कोट चार दीवारी तो निचाड़ता, चलो पौन दिया पुत्र किसे कन्या दा दुख बनाइए, आदे घोड़ा पहाड़ियां दे पत्थर पटदा तुरै जावे। जद नेड़े पहुंचया देखिया भी हाँ पठान खड़े ने आसे पासे घोड़े लई, और बीबी वह पत्थर ते बैठी है। शांति आ गई नलुए नूं, आधा लुके हुए होंगे कितों लभने पैंदे, आ गुरु ने मेल कराता। जद सामने होया पठाना ने देखा भी कोई सिंह आ गया, काले खां लैके तलवार मूहरे आ गया अपने घोड़े का सवार होके। एक सिंह की भवें 100 आ जाए, हंकार दे बस विच। कहिंदे ने जद सामने आया ना हरी सिंह नलुए दे काले खां पठान, इतिहास दसदा भई काले खां दे जिस तरह हरी सिंह नलुए ने सौदा लाया, उस समय की कविता सुनो भी वह सरनी देवी ब्राह्मणा की कन्या जथेदार हरी सिंह नलुआ इउं छडाउंदा सी। ओ आके पंडता ने गले पल्लू पा लिया, सुते बनी वाले शेर नू जगा लिया, दया दे समंदरां विचों उठ लहर तूफानी आवे, हो जालमां दी जुलमी दा दुख शेर तो चला ना जावे। सुन नलुआ गुस्से दे विच आया सी, दिल अपना ते दर्द पराया सी, हिरदे ज्वाला तड़की हथ सूरमा खड़गनों पावे, जालमां दी जुलमी दा दुख शोर तो चलिया ना जावे। नसला दराई सी उत्ते बैठा शेर नलुआ, घोड़ा धरती प
पौड़ ना लावे हो जालमा दी जुलमी दा दुख शेर तो चला ना जावे लगो गोपा दे अंदारा जदो जान सी थोड़ी देर पिछे रोक ले पठान सी थोड़ी देर पिछे रोक ले पठान सी ओनू कोई मुश्किल ना जदो सात गुरु बन तो बनावे जालमा दी जुलमी दा दुख शोर तो चलिया ना जावे हाथ शेर दे कलेजे बच पाके ते किथे लुकेगा पठाना हुण जाके ते तेरे भैड़े कर्मा दा तैनू नलुआ ही फल पक पावे हो जालमा दी जुलमी दा दुख शेर तो चला ना जावे आरा सेरा खंडा जो देने उबारिया काले खान दे कपाल बिच मारिया सने कोड़ा कीते डकरे खंडा धरती च तसदा जावे जालमा दी जुलमी दा दुख शोर तो चलिया ना जावे ओ बीबी सरनी नू नलुआ बराउंदा सी हथ शीस उत्ते बच्ची दे टकाउंदा सी लैके विच बुकलां दे कुट बच्ची नू सीने दे नाल लावे भई जालमा दी जुलमी दा दुख शेर तो चला ना जावे घाट मौत दे उतारी पठान नू ऐसा सबक सिखाया अण जान नू ऐसा सबक सिखाया अण जान नू सौदा लाया खालसे ने जीदी कविता बराड़ शहर गावे जालमा दी जुलमी दा दुख शेर तो चलिया ना जावे उदे पिछे जथेदार महा सिंह ने भी घोड़े लेके घेरा पाके पठाना दा बच्चा बच्चा कब्रां च तोड़ के फिर कहिंदे ने हरी सिंह नलुए ने ओ शरणी देवी ब्राह्मणा दी पुत्री नू उठा के बुकल विच ले लिया अपनी धी तो भी ज्यादा प्यार बेटी पुत्री भाणा वरत गया सी फिक्र ना कर तेरी बंदगी तेरा भजन तेरे ते सहाई हो गया बुकल च लेके आदा बेटी आऊं दस मैं तेरे सहुरे छड के आवां जां तेरे पेके पचावां इत्थों पता लगता है भी शरणी का कई जन्म का तप किया सी उन्हें संसार विच रोशन होना सी वो हथ बन के आदि नलुआ जी मापिया को मैं ता नहीं जाना उन्होंने अपना फर्ज पूरा करता मैं डोले च पाती द्वारा क्यों जाके तंग करा सहुरे मैं ता नहीं जाना सौ बंदा सी समेत पति औखे वेले मूँह मोड़ के तुर गए मैं सहुरे नहीं जाना आदा बेटी फिर रहेगी कितने आदि तू जिन्ने प्यार च मैं बेटी पुत्री धी कह रहे इन्ने प्यारे शब्द तो मैं मापिया चो भी नहीं कदे मिले निक जरा तेरे बिचो आ तू एक कृपा कर जड़े बचना तो मैं धी आदे तू मेरा पिता बन जा मैं धर्म की धी बना लै नलुए नू शांति आ गई बेकर्मा वाली है आदा बेटी ठीक है मैं तेरा पिता तू मेरी पुत्री आदा फिर ऐ कर चल हुण चलिए जमरौद नू घोड़े उत्ते बिठा ली जमरौद लियांदी आदे ने फिर पंज बाणियां दा पाठ करके सरनी देवी नू अमृत छकाया खंडा फड़ाता लै धीए अठ बीबियां पहला ने जंगी जमरौद दे किले च नौमी तू ते जथेदार महा सिंह नू कहिंदा है नलुआ जथेदार जी ये मेरी पुत्री है धर्म दी
तू है मेरा बड़ा वीर, एदा ता है तू, हुणे तेरी कमान थले जंगी ट्रेन करूगी। वादा जी ठीक है। कहिंदे हरी सिंह नलुआ ता धर्म दी धी बना के खंडा फड़ा के जंगी शस्त्र सिखाउण वास्ते उन्हें जमरौद छड गया। एक होर दस्सिया, ये खबर मिल गई जिहड़ा सरनी देवी का पति सी ना देवी चंद, जिहड़ा राज छड गया सी, उन्हों कहिंदे ने ब्राह्मण बराती, कहिंदे तेरे घर वाली सरनी नू सिंह लै गए छड़ा के जमरौद, वो किहड़ा कब्जा करदे ने, चल दवा के लै जी। इतिहास कहिंदा वह भी कोई चंगा रहा। देवी चंद कहिंदा मैं वो मत्थे लगन जोगा नहीं हूँ, मैं नहीं जाना। जिहड़ी कहिंदी सी आ जंग करिए शहीद होइए, मैं तो कुछ बना रहा वो मूहरे, मैं वो मत्थे नहीं लगता, मैं बंदगी करके जिनी पावर वो है उन्नी पावर पैदा करूँ। पहले आदे चंगा रहा किसी सिंघा तो अमृत छक के उदा देवी चंद नाम बदल के करमजीत सिंह उदा देवी चंद का नाम रखता। उन्हें कहते बंदगी इन्नी की रज रज के, रजो सतो तमो तिने मंजिला लंघिया, सिमरन करता करता घर बार त्यागता। एक खंडा एक घोड़ा गुरु का सिंह बन के जिथे रात पै जे गुजार ले, तो सिमरन में जुड़ गया। इधरों बीबी सरनी जंगी ट्रेनिंग करती रही एक साल, साल तो बाद एक होर भाणा बरत गया, वो किहड़ा हरी सिंह नलुआ कहिंदे बीमार हो गया, बुखार चढ़न लग गया, कोई टाइफाइड वगैरह। 40 दिन नलुए का बुखार ना उतरिया, 40 दिन जमरौद दे किले तो पेशावर 12 है जानी 50-60 किलोमीटर, वो जमरौद दे दूर पेशावर के बैदखान्या च पिया नलुआ, 40 दिन वो बुखार ना उतरिया। ये खबर नलुए के मरीज की पहुँच गई काबल मुहम्मद दोस्त खां, जिन्हों तो उन्होंने जमरौद का किला खोया सी। जो मुहम्मद दोस्त खां बादशाह सी, उन्हें अपने चारे जरनैल बुलाए, वो कहिंदा भी जरनैलो अज मौका है अपने हाथ च। वो आदे की कहिंदा नलुआ बीमार है 40 दिन का, असल तो उहदी मौत हो गई हो, लुकाउंदे ने सिंह, पर वो मरीज है। आप हुण इदां करो, आप चढ़ाई करके जमरौद के किले नूं खोहो सिंघां तों, जमरौद के किले च 700 सिंह है, इदां करो आप चढ़ाई करके रात नूं हमला करो सुते पए सिंघां ते। मिर्जा सम्मी खां वड्डा जरनल सी, मिर्जा सम्मी खां ने आग्या लै ली मुहम्मद दोस्त खां बादशाह तों, कहिंदा जमरौद दा किला मैं कब्जे करदा। मुहम्मद दोस्त खां बादशाह कहिंदा तू ही मेरा वड्डा जरनैल है, जरूर कब्जे कर। उन्हें फिर 40,000 योधा लिया काबल दी फौज विच्चों, अफगानिस्तान चों। उन्हें फौज नूं समझाया भी इदां करो, आपां खैबर दे पहाड़ उतर के रात रात जमरौद नूं घेरा कत लो, पर सिंघां नूं ना पता लगे। सिंघ तां करदे ने जंग बंदे नूं चिट्ठी चीरा दे के, आपां धोखे दा जंग करांगे। आदे जी ओह किस तरह मिर्जा सम्मी खां कहिंदा जब तड़के दे 3 वजे सिंघ पए होणगे सुते, उन्हां दी तैयारी नहीं है, है सारा ही 700, आपां 40,000 फौज है आसे पासे हो के, आपां हमला कर दो जमरौद दे किले ते तड़के दे 3 वजे, सुते पए सिंघां दे टुकड़े कर देंगे। क्योंकि जब अपने जमरौद का किला कब्जे करता, 700 नूं खत्म करता, फिर भावें कोई आवे जंग लड़ांगे, जमरौद का किला अपने कब्जे करो। पठान तो लैके सैना रात रात किले के चारे पासे आके पहुँच गए, हुण सिंघां नूं कोई खबर नहीं, ये पए आ किले च आराम की नींद। उधरों काले खां पठान अपने घर जाके जंगी वर्दी पाउण लग गया, सेना तो आ गई उतर के थले, काले खां ने पाई जंगी वर्दी, अपना मिर्जा सम्मी खां ने
जंगी वर्दी पाई, जंगी वर्दी पा के घोड़ा लेके तैयार होने लग्या। उहदे घर वाली कहिंदी पठानी मिर्जा सम्मी खां, कहिंदी सम्मी खां जंग तां किसे पासे लग्या नहीं, तू जंगी वर्दी पा के घोड़ा लेके तुरदा किधर है? ਉਹ ਕਹਿੰਦਾ ਹੈ ਮਿਰਜ਼ਾ ਸੰਮੀ ਖਾਂ, ਕਹਿੰਦਾ ਆਪਣੇ ਭਾਗ ਚੜ੍ਹ ਗਏ। ਆਦੀ ਭਾਗ ਕਿਵੇਂ? ਕਹਿੰਦਾ ਆਪਾਂ ਜਮਰੌਲ ਦੇ ਕਿਲੇ 'ਤੇ ਕਬਜ਼ਾ ਕਰੂੰਗਾ ਮੈਂ ਅੱਜ। ਉਹ ਪਠਾਣੀ ਕਹਿੰਦੀ ਸੁੱਤਾ ਪਿਆ ਕਿ ਜਾਗਦਾ? ਜਮਰੌਲ ਦੇ ਕਿਲੇ 'ਤੇ ਤੂੰ ਕਬਜ਼ਾ ਕਰ ਲਏਗਾ? ਮਿਰਜ਼ਾ ਸੰਮੀ ਖਾਂ ਕਹਿੰਦਾ ਗੱਲ ਹੋਰ ਹੈ, ਹਰੀ ਸਿੰਘ ਨਲੂਏ ਤੋਂ ਬਿਨਾਂ ਅਸੀਂ ਕਾਬੂ ਨਹੀਂ ਆਉਂਦੇ ਕਿਸੇ ਤੋਂ। ਨਲੂਆ ਮਰੀਜ਼ ਆ 40 ਦਿਨ ਦਾ, ਉਹ ਪਿਆ ਪਿਸ਼ਾਵਰ ਦੇ ਵੈਦਖਾਨੇ। ਅਸੀਂ ਰਾਤ ਰਾਤ 700 ਸਿੰਘ ਨੂੰ ਕੱਟ ਕੇ ਕਬਜ਼ਾ ਕਰ ਲਾਂਗੇ। ਹੁਣ ਪਠਾਣੀ ਦਾ ਸ਼ਬਦ ਸੁਣੋ, ਪਠਾਣੀ ਕਹਿੰਦੀ ਬਿਲਕੁਲ ਗਲਤ ਹੈ। ਪਹਿਲਾ ਨੰਬਰ ਦਾ ਸਿੰਘ ਬਿਮਾਰ ਹੀ ਨਹੀਂ ਹੁੰਦੇ, ਬਿਮਾਰ ਤਾਂ ਬਿਮਾਰ, ਇਹ ਤਾਂ ਬਿਨਾਂ ਸਿਰਾਂ ਤੋਂ ਵੀ ਧੜਾਂ ਲੜੀਆਂ ਨੇ ਇਹਨਾਂ ਦੀਆਂ। ਆਏ ਹਾਏ ਹੋ ਗਏ ਨੇ ਅਮਰ, ਉਹ ਤਾਂ ਸਤਨਾਮ ਰੱਟ ਕੇ, ਉਹ ਮੌਤ ਵੀ ਸਿੰਘਾਂ ਦੇ ਕੋਲੋਂ ਲੰਘੇ ਪਾਸਾ ਵੱਟ ਕੇ। ਖਤਰੇ ਦਾ ਮੋੜ, ਜਿੰਦ ਖਤਰੇ 'ਚ ਪਾਈ ਨਾ, ਆਦਿ ਜਾ ਕੇ ਰਣਾ ਵਿੱਚ ਤੂੰ ਮੱਥਾ ਨਲੂਏ ਨਾਲ ਲਾਈ ਨਾ। ਪਠਾਣੀ ਜਾਂਦੇ ਪਠਾਣ ਮਿਰਜ਼ਾ ਸੰਮੀ ਖਾਂ ਨੂੰ ਜੰਗ ਦੇ ਵਿੱਚ ਐਂ ਰੋਕਦੀ ਹੈ, ਨਾ ਜਾਈ ਸਿੰਘ ਨਾ ਬਿਮਾਰ ਹੋਣ, ਨਾ ਇਹਨਾਂ ਨੂੰ ਕੋਈ ਖਰਾਬੀ ਹੋਵੇ, ਇਹ ਤਾਂ ਬਿਨਾਂ ਧੜਾਂ ਤੋਂ ਵੀ ਲੜ ਸਕਦੇ ਨੇ। ਪਠਾਣੀ ਆਪਦੇ ਪਤੀ ਨੂੰ ਇਉਂ ਸਮਝਾਉਂਦੀ ਹੈ। ਰੋਕਦੀ ਪਠਾਣੀ ਘੋੜਾ ਸੰਮੀ ਖਾਂ ਪਠਾਨ ਦਾ, ਬਾਲ ਮਤਿਆਰਾ ਕੀਤਾ ਕਬਰਾਂ ਨੂੰ ਜਾਣਦਾ, ਬਾਲ ਮਤਿਆਰਾ ਕੀਤਾ ਬਣ ਖੰਡ ਵਾਲੇ ਸੁੱਤੇ ਸ਼ੇਰ ਨੂੰ ਜਗਾਈ ਨਾ, ਨਾਨੂ ਵੇਦ ਨਾ ਹਾਲ ਮੱਥਾ ਰਣਾ ਵਿੱਚ ਲਾਈ ਨਾ, ਨਾਨੂ ਵੇਦ ਨਾਲ ਮੱਥਾ ਹੋ ਗਏ ਨੇ ਅਮਰ ਹੈ ਉਹ ਤਾਂ ਸੱਤ ਨਾਮ ਰੱਟ ਕੇ, ਮੌਤ ਵੀ ਸਿੰਘਾਂ ਦੇ ਕੋਲੋਂ ਲੰਘੇ ਪਾਸਾ ਵੱਟ ਕੇ, ਮੌਤ ਵੀ ਸਿੰਘਾਂ ਦੇ ਕੋਲੋਂ ਖਤਰੇ ਦਾ ਮੋੜ ਜਿੰਦ, ਖਤਰੇ ਦਾ ਮੋੜ ਜਿੰਦ, ਉਹ ਖਤਰੇ ਚ ਪਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ, ਨਲੂਏ ਦੇ ਨਾਲ ਮੱਥਾ 18 ਸੇਰਾ ਖੰਡਾ ਹੈ ਤੈਥੋਂ, 18 ਸੇਰਾ ਖੰਡਾ ਹੈ ਤੈਥੋਂ, ਚੱਲੀ ਜਾਣੀ ਚਾਲ ਨਾ ਚਾਰ ਖੜੀ ਨਲੂਏ ਨੂੰ ਉੱਟ ਸਕੇ ਕਾਲ ਨਾ, ਚਾਰ ਖੜੀ ਨਲੂਏ ਨੂੰ ਜਿੰਦ ਦੇਣੀ ਪੈਜੂ ਜੰਗੀ ਬਿਗਲ ਵਜਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ, ਨਲੂਏ ਦੇ ਨਾਲ ਮੱਥਾ ਨੰਗੀ ਤੇਗ ਚੱਕੀ ਪੀੜਾ ਪਾਨਾ ਦਾ ਉਠਾਲਿਆ, ਤੈਨੂੰ ਤੇਰੀ ਮੌਤ ਬਾਹਾਂ ਫੜ ਕੇ ਜਗਾ ਲਿਆ, ਤੈਨੂੰ ਤੇਰੀ ਮੌਤ ਬਾਹਾਂ ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ, ਨਲੂਏ ਦੇ ਨਾਲ ਮੱਥਾ ਸਿਜਲ ਜਵਾਨੀ ਤੇਰੀ, ਸਿਜਲ ਜਵਾਨੀ ਤੇਰੀ, ਸੋਹਣੀ ਮਾਂ ਦਾ ਮੱਖਣਾ ਤੇਰੇ ਬਾਜ ਹੋ ਜੂਵੇ ਜਹਾਨ ਮੈਨੂੰ ਸੱਖਣਾ, ਤੇਰੇ ਬਾਜ ਹੋ ਜੂ ਚੰਨਾ ਹੋ ਬਿਰ ਹੋਦੀ ਅੱਗ ਮੇਰੇ, ਬਿਰ ਹੋਦੀ ਅੱਗ ਮੇਰੇ ਹੋ ਕਾਲ ਜੇ ਜਗਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ, ਨਲੂਏ ਦੇ ਨਾਲ ਮੱਥਾ ਗੋਦ ਮੇਰੀ ਖਾਲੀ ਕੋਈ
ਬਾਲ ਕਾ ਪਠੀਰ ਨਾ ਜੱਗ ਵਿੱਚ ਇਦੋਂ ਪਿੱਛੋਂ ਰਹਿਣਾ ਕੋਈ ਸੀਰ ਨਾ ਇਦੋਂ ਪਿੱਛੋਂ ਜੱਗ ਵਿੱਚ ਮੇਰੇ ਨੈਣਾ ਮੋਰੋ ਚੰਦਾ ਏ ਈਦ ਦਾ ਛਪਾਈ ਨਾ ਨਲੂ ਵੇਦ ਨਾਲ ਮੱਥਾ ਰਣਾ ਵਿੱਚ ਲਾਈ ਨਾ ਨਲੂ ਵੇਦ ਨਾਲ ਮੱਥਾ ਹੋ ਜਿੰਦ ਤੇਰੀ ਬਹਾਲ ਮਾਰ ਦਿਸੇ ਨਾ ਅੱਜ ਬਚਦੀ ਮਾੜੀ ਮੌਤ ਫਿਰ ਦੀ ਰਣਾ ਦੇ ਵਿੱਚ ਨੱਚਦੀ ਲਾੜੀ ਮੌਤ ਫਿਰ ਦੀਆ ਲਿਖਿਆ ਵਰਾੜ ਦਾ ਜੋ ਦਿਲ ਤੋਂ ਪਲਾਹੀ ਨਾ ਨਾਲੂ ਵੇਦ ਨਾਲ ਮੱਥਾ ਰਣਾ ਵਿੱਚ ਲਾਈ ਨਾ ਨਾਲੂ ਵੇਦ ਨਾਲ ਮੱਥਾ ਪਠਾਣੀ ਆਦਿ लाड़ी मौत रणा च नच रही है तेरी जिंद नहीं बच रही गोद मेरी खाली कोई बालका पठीर ना तेरे बिना जग विच रहना कोई शीर ना आदि ईद वाला चंद मेरे सामने छपाई ना वो ईदिया चंद्रमा आदि मिर्जा समी खां जाई ना तू नहीं सिंघां नूं जाणदा उन्हां दी पाप रुकी है इत्थे आउं दस्सिया है ਵਿਨਾਸ਼ਕਾਲੇ ਬੁੱਧੀ ਵਿਪਰੀਤ ਜਦ ਬੰਦੇ ਦਾ ਨਾ ਅੰਤ ਸਮਾਂ ਆਉਂਦਾ ਉਹਦਾ ਵਿਨਾਸ਼ ਹੋਣਾ ਹੁੰਦਾ ਪਹਿਲਾਂ ਉਹਦੀ ਬੁੱਧੀ ਬਰਬਾਦ ਹੁੰਦੀ ਹੈ ਮਤ ਭ੍ਰਸ਼ਟ ਹੁੰਦੀ ਹੈ ਉਹਦੀ ਕਾਲੇ ਖਾਂ ਦੇ ਵਿੱਚ ਮਿਰਜ਼ਾ ਸੰਮੀ ਖਾਂ ਦੇ ਵਿੱਚ ਹੰਕਾਰ ਹਉਮੈ ਆਦਾ ਨਲੂਆ ਮਰੀਜ਼ 40 ਦਿਨ ਦਾ ਮੈਂ ਤੰਦਰੁਸਤ ਫਿਰ ਮੈਂ ਜਰਨਲ ਕਾਬਲ ਦਾ ਜੇ ਮੇਰੇ ਸਾਹਮਣੇ ਨਲੂਆ ਆ ਗਿਆ ਮਰੀਜ਼ ਮਾਰ ਕੇ ਖੰਡਾ ਦੋ ਫਰਦਾਂ ਬਣਾਤੀਆਂ ਮੇਰੀ ਜਿੱਤ ਹੋ ਜੂਗੀ ਦੁਨੀਆ ਕਹੂਗੀ ਵੀ ਰਣਾ ਦੇ ਜੇਤੂ ਹਰੀ ਸਿੰਘ ਨਲੂਏ ਨੂੰ ਮਿਰਜ਼ਾ ਸੰਮੀ ਖਾਂ ਨੇ ਖਤਮ ਕਰਤਾ ਐ ਨਹੀਂ ਕਿਸੇ ਨੇ ਕਹਿਣਾ ਵੀ ਉਹ ਮਰੀਜ਼ ਬਿਮਾਰ ਸੀ ਮੇਰਾ ਝੰਡਾ ਚੜ੍ਹ ਜੂ ਪਠਾਣੀ ਨੂੰ ਆਦਾ ਬਸ ਤੂੰ ਚੁੱਪ ਰਹਿ ਇਹ ਤਾਂ ਆਪਣੇ ਭਾਗ ਜਾਗੇ ਨੇ ਮੈਂ ਤਾਂ ਰਣਾ ਵਿੱਚ ਜਾਵਾਂਗਾ ਨਾ ਮੰਨੀ ਘੋੜਾ ਲੈ ਕੇ ਆਪਣੀ ਸੈਨਾ 'ਚ ਆ ਰਲਿਆ ਰਾਤ ਰਾਤ ਜਮਰੌਜ ਦੇ ਚਾਰੇ ਪਾਸੇ ਅੱਡੇ ਪੱਕੇ ਕਰ ਲਏ ਕਹਿੰਦੇ ਜਦੋਂ ਤੜਕੇ ਦੇ 3 ਵੱਜਣਗੇ ਉਦੋਂ ਹਮਲਾ ਕਰਾਂਗੇ ਸਿੰਘ ਹੋਣਗੇ ਸੁੱਤੇ ਪਏ ਇੱਕ ਆਪਣੀ ਤਿਆਰੀ ਹੈ ਉਹਨਾਂ ਦੀ ਤਿਆਰੀ ਕੋਈ ਨਹੀਂ ਇੱਕ ਘੰਟੇ 'ਚ 700 ਸਿੰਘ ਨੂੰ ਖਤਮ ਕਰ ਦਿਆਂਗੇ ਕਰਾਂਗੇ ਕਬਜ਼ਾ ਜਮਰੌਜ ਦੇ ਕਿਲੇ 'ਤੇ ਹੰਕਾਰੇ ਹੋਏ ਚਾਰੇ ਪਾਸੇ ਖੜ੍ਹੇ ਨੇ ਜਿੱਥੋਂ ਵੱਜੇ 3 ਰਾਤ ਖਤਮ ਹੋਣ ਲੱਗੀ ਨਾਰਾ ਲਾਤਾ ਉਹਨੇ ਅਲੀ ਦਾ ਮਿਰਜ਼ਾ ਸੰਮੀ ਖਾਂ ਨੇ ਅਲੀ ਅਲੀ ਜਦ ਚਾਰੇ ਪਾਸੇ ਹੋਈ ਜਥੇਦਾਰ ਮਹਾਂ ਸਿੰਘ ਗੇਟ 'ਤੇ ਬੈਠਾ ਸੀ ਉਹਨੇ ਆਵਾਜ਼ ਦਿੱਤਾ ਖਾਲਸਾ ਜੀ ਤਿਆਰ ਹੋ ਜਾਓ ਜ਼ਾਲਮਾਂ ਨੇ ਪਠਾਣਾਂ ਨੇ ਧੋਖੇ ਦਾ ਜੰਗ ਆਰੰਭਤਾ ਇਹ ਗੱਲ ਵੀ ਠੀਕ ਹੈ ਸਿੰਘ ਸੌਂਦੇ ਨਹੀਂ ਹੁੰਦੇ ਭਾਵੇਂ ਨੀਂਦ ਤਾਂ ਆਉਂਦੀ ਹੈ ਉਹਨਾਂ ਨੂੰ ਤਾਂ ਜਦ ਤੰਦਰੁਸਤ ਨੇ ਵੈਸ਼ਨੂ ਨੇ ਬੰਦਗੀ ਕਰਦੇ ਨੇ ਸਰੀਰ ਸੈੱਟ ਨੇ ਭਾਵੇਂ ਰਾਤ ਦੇ 12 ਵਜੇ ਭਾਵੇਂ 3 ਵਜੇ ਕਦੇ ਉਠਾਓ ਤਿਆਰ ਬਰਤਿਆਰ ਇੱਕ ਸਕਿੰਟ ਉਹ ਲੇਟ ਨਹੀਂ ਹੁੰਦੇ ਭਾਵੇਂ ਨੀਂਦ ਆਉਂਦੀ ਹੈ ਨੀਂਦ ਤਾਂ ਉਹਨੂੰ ਆਉਂਦੀ ਹੈ ਜਿਹੜਾ ਸ਼ਰਾਬ ਦੀ ਬੋਤਲ ਪੀ ਕੇ ਜਰਦਾ ਜੁਰਦਾ ਖਾ ਕੇ ਗੋਲੀਆਂ ਖਾ ਕੇ ਸੌਂ ਗਿਆ ਅਤੇ ਉਹਨੂੰ ਜਗਾਓ ਮਾਸਾ ਰੱਟ ਬਰਜੋਰ ਲਾ ਲਓ ਤਾਂ ਨਹੀਂ ਉੱਠਦਾ ਕਦੇ ਪਾਸਾ ਇਹਦੀ ਨੂੰ ਲੈ ਲਿਆ ਕਦੇ ਇਹਦੀ ਨੂੰ ਲੈ ਲਿਆ ਘੰਟੇ 'ਚ ਮਾਸਾ ਸਟਾਰਟ ਹੁੰਦਾ ਫਿਰ ਸਟਾਰਟ ਹੋ ਕੇ ਕਿ ਸੌਂ ਡਾਊ ਹੋ ਰੱਜਿਆ ਤਾਂ ਭੁੱਖੀ ਸ਼ਰਾਬ ਗੋਲੀਆਂ ਦਾ ਸੌਂਦੇ ਨਹੀਂ ਹੁੰਦੇ ਸਿੰਘ ਖੰਡਾ ਲੈ ਕੇ ਚਾਰੇ ਪਾਸੇ ਮੈਦਾਨ ਵਿੱਚ ਉੱਟ ਰਹੇ ਕਹਿੰਦੇ ਜਥੇਦਾਰ ਮਹਾਂ ਸਿੰਘ ਚਾਰੇ ਪਾਸੇ ਘੇਰਾ ਹੈ ਪਠਾਣਾਂ ਦਾ ਹੁਣ 700 ਸਿੰਘ 150-150 ਇੱਕ ਇੱਕ ਬਾਹੀ 'ਤੇ ਆਇਆ ਖੰਡੇ ਲੈ ਕੇ ਚਾਰੇ ਪਾਸੇ ਨਾਗਾਂ ਵਾਂਗੂ ਲਾਗੇ ਛੁੱਕਣ ਪਤਾ ਸਿੰਘਾਂ 'ਚ ਕੀ ਹੁੰਦਾ ਜਿਵੇਂ ਆਦੇ ਜਿਉਂਦਾ ਹਾਥੀ 1 ਲੱਖ ਦਾ ਅਤੇ ਮਰਿਆ 1.25 ਲੱਖ ਦਾ ਜੇ ਜਿਉਂਦੇ ਹਾਂ ਤਾਂ ਗੁਰੂ ਦੇ
जे शहीद हो गए सचखंड जावे चा चढ़िए कोई तनखाह सी उन्हां दी हुण आदे खंडे लेके चारे पासे जोंद रंभता सारा दिन खंडा खड़की गया। मिर्जा समी खां दादा जी घंटा कलावे दस भी बज गए बारह भी बज गए सिंह नागा वांगू छोकी जान ते ढेरियां लाई जान। जद आदे ना शाम के चार बजे उदों मिर्जा समी खां ने एक धोखा किया किले की चौथी बाही ते पिछे फौज सिंघां दी घट रहेगी। मिर्जा समी खां कहिंदा इदां करो चार धोपां ला के ना नेड़े किले की कंध च पार पाओ। उदों वालियां तोपां दे विच गोले नहीं हुंदे सी रौने धूआं धार जां धक्का जां मार दियां। उन्होंने पिछली बाही ते चार तोपां ला के एकदम फायर करके किले की कंध च पार पाता। जिहड़ी हर सरन कौर कदे सरनी देवी हुंदी ब्राह्मणा की पुत्री पठाणा तो छुड़ाई सी हुण उह जंगी अठ बीबियां होर ये जख्मियां नूं सांभदियां पानी पिलाउंदियां। फिर हर सरन कौर ने आवाज दिता भैनों छड़ दो हुण जख्मी चक्को खंडे चलो तोपखाने ते। आदे ने फिर शेरां वांगू बुक के ना हर सरन कौर की फौज जिवें तोप जी आदि ने टुकड़े करके उन्हां तोपां तो लाहे। उस समय की आप विचार सुनो भी सारा दिन पठाणा का खंडा खड़कण तो बाद भी सिंह अजे कायम भावें शहीद भी होंदे रहे पर तोपखाने उत्ते बीबियां की फौज हर सरन कौर लैके इउं डिगदी सी जाके तेरा कतल आजा मरा दनो मिर्जा समी खान गदार ओ ना नारे लाए अली दे ओ नारे लाए अली दे कारी उठे मारो मार सिंगा खबर मिली सी जंग दी खबर मिली सी जंग दी उठे शेरा जा पमकार बई सिंह गिनती दे सत्त सौ सिंह गिनती दे विच सत्त सौ गिनती दे विच सत्त सौ ते जालम चाली हजार ओता ते गातू के जावड़े गातू के जावड़े हो ते गातू के जावड़े जो नाग रहे फंका टुकड़े कर करके थले ला ले तोपखाना ते हथियार छड़ के भजनिया पिया पठाणा नूं मैदान खाली करके। आदे ने इन्ने सूरज भी पहाड़ां दे ओले हो गया टाइम लेट हो गया। मिर्जा समी खां कहिंदा अपनी फौज नूं कहिंदा भी फौजी जोधियो गलती तो होगी बहुत सारा दिन खंडा खड़किया 700 सिंह 40,000 के कब्जे नहीं आया
है तो अपनी हार, पर एक कम करो जो अपने रात को जंग लाया जमरौत ते नुकसान अपना ज्यादा होगा। हुण चारे पासे घेरा कत के बह जाओ, सारी रात किले विचों कोई चिड़ी ना बाहर निकले, चारे पासे बैठे रहो। पता यह भी लग गया सी वे 200 सिंह शहीद हो गया, लाशा दिखाई दे रही सी, 200-250 जख्मी हो गया बुरी तरह। मिर्जा सम्मी खां कहिंदा 200-250 सिख रहिंदे, तड़के नूं आपां घंटा क लावांगे, तड़के हड़प कर देंगे, रात नूं अपना नुकसान ज़्यादा होगा। चारे पासे जमरौत दे किले नूं घेरे कत के बह गए। इधरों जथेदार महा सिंह ने जंग हटा के सेना किले के नेड़े ले जा के दरबार शुरू करता। जथेदार महान सिंह कहता भी जो दो है तो हुण कलगी वाले गुरु के हाथ अपनी जित हार, पर एक चीज है तड़के नूं अपनी हार हो जू। बंदा तो रह गया सारे 200, जालमां का नुकसान थोड़ा ही होया, फौज बहुती सी, अजे 20-30 हज़ार होर फिरदे ने। जे आपने तड़के नूं जंग रचिया आप मारे जावांगे। ਭਾਦੇ ਜੀ ਕੀ ਹੋਣਾ ਚਾਹੀਏ? ਜਥੇਦਾਰ ਮਹਾਂ ਸਿੰਘ ਕਹਿੰਦਾ ਮੈਂ ਇੱਕ ਲਿਖਦਾ ਚਿੱਠੀ ਬੈਦਖਾਨੇ ਪਿਸ਼ਾਵਰ ਦੇ 12 ਕੋ ਹਰੀ ਸਿੰਘ ਨਲੂਆ ਬੈਦਖਾਨੇ 'ਚ ਪਿਆ ਮਰੀਜ਼, ਜੇ ਉਹਨੂੰ ਖਬਰ ਮਿਲੇ, ਚਲੋ ਜੇ ਨਲੂਆ ਮਰੀਜ਼ ਨਹੀਂ ਆ ਸਕੂਗਾ ਤਾਂ ਜਿਹੜੀ ਸ਼ੇਰ ਦਿਲ ਫੌਜ ਹੈ 11 ਹਜ਼ਾਰ, ਜੇ ਮੈਦਾਨ 'ਚੋਂ ਆ ਜਾਏ ਫਿਰ ਨਹੀਂ ਆਪਾਂ ਹਾਰਾਂਗੇ। ਉਹਦੇ ਵੀ ਖਬਰ ਕਿਵੇਂ ਦੇਈਏ? ਚਾਰੇ ਪਾਸੇ ਤਾਂ ਪੱਥਰ ਦੇ ਕੋਟ ਵਾਂਗੂ ਪਠਾਣਾ ਦੀ ਸੈਨਾ ਬੈਠੀ ਹੈ। ਦਿਨ ਛਿਪ ਗਿਆ, ਫਿਰ 12 ਕੋਹ ਦਾ 28-30-35 ਕਿਲੋਮੀਟਰ ਬਾਟ ਬਣਦੀ ਹੈ, 40 ਜੰਗਲੀ ਇਲਾਕਾ ਹੈ, ਪਹਾੜੀ ਰਸਤੇ ਨੇ, ਅਤੇ ਜਾਵੇ ਕੌਣ ਚਿੱਠੀ ਲੈ ਕੇ? रात रात नलुए नूं बैदखाने खबर कौन देवे? फिर कहिंदे ने जथेदार महा सिंह ने अपना दरबार ला लिया। वो आदा भी सिंधो मैं तुहानू तोर के तां राजी नहीं, मैनू पता है भी साढ़े ते कुदरत नाराज है, साड़ी हार हो रही है, पर यह भी गल ठीक है जे आपां ना नलुए नूं खबर पहुँचाई तड़के नूं जमरौत दा किला इन्हां पठाणा दे कब्जे हो जू, अपनी हार हो जूगी। उहदे भई चिट्ठी लै के कौन जावे? हुण सारे बिंदे टुटे थके सिंघ खंडे बौंदे, चिट्ठी लै के जाण दा जां दूजी आवाज़ पई, उही बीबी हरसरन कौर जिहड़ी कदे पठाणा तों छडाई सी, अमृत छक के खंडे बाह बाह के ਜੋਬਨ 'ਤੇ ਆਈ, ਸ਼ੇਰ ਵਰਗਾ ਦਿਲ। ਉਹ ਆਦੀ ਜਥੇਦਾਰ ਮਹਾਂ ਸਿੰਘ ਨੂੰ ਘਬਰਾਓ ਨਾ, ਮੈਂ ਲੜ ਲੜ ਨਾਲ ਬਹਾਦਰਾਂ ਹੋ ਗਈ ਹਾਂ ਭਰਪੂਰ, ਤੁਸੀਂ ਤਾਂ ਕਰਦੇ ਹੋ ਗੱਲ ਪਿਸ਼ੌਰ ਦੀ, ਉਹ ਮੈਨੂੰ ਦਿੱਲੀ ਦਿਸੇ ਨਾ ਦੂਰ, ਮੈਨੂੰ ਪਰਚਾ ਦੇ ਦਿਓ ਖਾਲਸਾ, ਤੁਸੀਂ ਕਿਉਂ ਹੋਏ ਮਜਬੂਰ? ਆਹਦੇ ਨੇ ਜਥੇਦਾਰ ਮਹਾਂ ਸਿੰਘ ਦੀ ਦੂਜੀ ਆਵਾਜ਼ ਤੋਂ ਬੀਬੀ ਹਰਸਰਨ ਕੌਰ ਪਰਚੇ ਦੀ ਮੰਗ ਕਰਕੇ ਤਿਆਰੀ ਕਰਦੀ ਹੈ ਪਿਸ਼ਾਵਰ ਬੈਦਖਾਨੇ ਨਲੂਏ ਕੋਲ ਜਾਣ ਦੀ, ਇਉਂ ਤਿਆਰੀ ਕਰਦੀ। ਹੋਈ ਉੱਥੇ ਸਿੰਘਾਂ ਤਾਈ ਬੋਲਦਾ, ਕਹਿੰਦੇ ਮਹਾਂ ਸਿੰਘ ਜਥੇਦਾਰ, ਕਹਿੰਦੇ ਉੱਠੋ ਕੋਈ ਸੂਰਮਾ, ਕੋਈ ਯੋਧਾ ਸਿੰਘ ਸਿਰਦਾਰ, ਉਹ ਜਾਣਾ ਵਿੱਚ ਪਿਸ਼ੌਰ ਦੇ, ਕੋਈ ਦਿਲ ਵਿੱਚ ਬੰਨੋ ਤੀਰਾ, ਚਿੱਠੀ ਨਲੂਏ ਕੋਲ ਪਹੁੰਚਾ ਦਿਓ, ਕੋਈ ਜਾਵੋ ਕੱਟ ਬਹੀਰਾ। ਗੁਰੂ ਦੇ ਖਾਲਸੇ ਵੈਰੀ ਕਰਦੇ
मारो मारो जरा है पीरां दा पीर खालसा जी तुसी तां पेशावर दी गल करदे हो मैनू कोई धरती दा किनारा दूर नहीं दिंदा मैं तां बहादुरां नाल लड़ लड़ के वो प्यारे अजीब गल है अजीब एक तां बंदे दे आप दे हालात ठीक होन एक छका जावे अमृत सोने नूं सुहागे वाली पुट्ठ हो जाती है आदे ने खंडा चकिया पठाणा दे लड़के दी वर्दी पाली मरदामा पेश कर लिया घोड़ा ले लिया जथेदार महा सिंह कहिंदा बेटी चारे पासे पत्थर दे कोट वांगू सैने पठाणा दी वादी मेरा राह पैरी छड जाणगे जद मैं चली वांग तूफान मैं तां तूफान बन के चढ़ जाऊंगी सपरिट अमृत दी गुरु दा हथ आदे घोड़े ते सवार होके ना पठाणा वल घोड़ा सीधा करके बागा खिंच के जद उहने बोलिया सत श्री अकाल बोले सो निहाल जां जकारा गूंजिया घोड़ा चाढ़ता पहाड़ा दी पठाणा दी सैना उत्ते पठाणा ने आख्या हमला करता सिंघा ने अपने रात नूं चारे पासे खंडा आप जे खड़की जावे आ सी खालसा इनू राह मिल गया कहिंदे बागा खिचदी चल पी पेशावर नूं रात दा मौका जंड कनीर छूकदे है आदे ने एक होर अजीब खेल एक चुराहे दे विच
चार पठान बैठे से लुटेरे, उन्होंने घोड़े के पौड़ सुने वो कोई अमीर आ रहा है, आपका घोड़ा खोहो ये को समान हो लुटो। उदो लुटा खोहां बद होंदिया होंदिया आदे ने जदों बीबी चौराहे च आई साइड तो एक पठान ने पिस्तौल का फायर करता, पिस्तौल का फायर घोड़े की पुरपुरी च पिस्तौल का जो फायर से वह बज गया, घोड़ा डिग पिया, बीबी जानगी भाण बरत गया। वो जेडे पिस्तौल होंगे तोड़ेदार बंदूकों होंगे तुम देखिए किसी ने होगियाँ, वो दस पंद्रह भी मिनटा जो दुबारे भरी जाती उत्तों की बरूद पा के। हुण पिस्तौल तो किने तैयार करन देना सी, बीबी ने खंडा खिंच लिया, दो पठाणा दे तां करते टुकड़े गिणती तो अंदर अंदर, तो एक पठान का वार हरसरन कौर की तलवार ते पै गया, उहदी तलवार टुट गई। जब खंडा टुटिया फिर घबरा गई, आवाज दिता हे कलंगी वाले पातशाह, हे सतगुरु हुण तू राखा बन मेरा। जब कलंगी वाले सतगुरु की आवाज दिती, जड़ा मैं दस्या सी ना उहदा पति देवी चंद करमजीत सिंह बन के बंदगी च लग्या सी, वह चौराहे तो थोड़ी दूर एक बोड़ थले पै घोड़ा कोले है, खंडा उहदे कोले है। जब उन्हें बीबी का आवाज सुनिया हे सतगुरु मैं मारी गई, वो कहिंदा करमजीत सिंह देवी चंद बीबी का पहला पति, वो कहिंदा किसी गुरु के सिख नूं घेरा पै गया, क्यों पंजाबी आवाज गुरु का नारा, वो बिजली वांगू डिगया खंडा लैके। जब उन्हें देखिया भी इधरों आवाज आउंदी है कलंगी वाले गुरु की, जिहड़े दो पठान सी दो मिनटां च उन्हें सौ उत्ते ढेर लाता चारे खत्म। वो बीबी ने वेख्या आ कितों आ गया नीले वस्त्रां वाला खंडे वाला, मैं आवाज दित्ती सी गुरु कलगी वाले पातशाह नूं किते उही तां नहीं खुद आ गए। उन्हें हथ जोड़ ले बीबी ने, खालसा जी कृपा करो कौन हो तुसी। जद उन्हें कहा ना भी कौन हो तुसी, वो देवी चंद करमजीत ने सोचा भी है तो यह लड़की बर्दिया दी पठाणा दे मुंडे दी मरदानी है, लड़की है सिख गुरु दा। वो हाथ जोड़ के आदा बीबी तू दस कौन है, कहनी मैं हरसरन कौर नलुए दी पुत्री, मेरा धर्म दा पिता नलुए। वो करमजीत आदा फिर तू इस मौके रात नूं जानता गया प्यो ही है सरनी देवी तेरी पत्नी, पर शर्म मन गया, कहना मैं भावे बंदगी करदा आ देख शेर की पुत्री रातां नूं जंगा युद्धां च उतरी फिरदी है, तू हुण चली किधर। ओ आदी जमरौद नूं पै गया घेरा पठाणा दा, सारा दिन रहा जंग, तकरीबन 500 सिंह साडा हो गया शहीद, 200 रहिंदे। मैं चली हाँ पेशावर न, मेरे पिता हरि सिंह नलुआ मरीज है बैदखाने च पे 40 दिन का, मैं उन्होंने सुनेहा देने वास्ते चली हाँ, पर मजबूरी यह होगी मेरा घोड़ा मर गया डिग पिया। वो देवी चांदा का शुक्रिया, आ लै मेरा घोड़ा आ चक खंडा चढ़ जा। वो आदि तुसी कौन हो, देवी चंद कहना हुण मौका नहीं मैं कौन दसन वाला, दसू कि समय ते हुण तू आ चक खंडा ते चढ़ घोड़े ते जा, तू गुरु के खालसे दा मौका जंगा युद्धा दा तू टाइम ना खुजा। बीबे ने मारी उडारी पेशावर दे वैदखाने जा पड़ी। एक साल हो गया सी हरि सिंह नलुए ने बुकल च लेके कहा सी मैं तेरा पिता तू मेरी पुत्री, एक साल साल बाद मुड़के दर्शन नहीं होए। जब वैदखाने नलुए दे नेड़े जाके खड़ी होगी दस्या वैदा ने आ पए ने धनुषधारी भीष्म पितामह जंगा दे नलुआ जी। वो बीबी ने फिर खड़ के फतेह बुलाई, वाहिगुरु जी का खालसा वाहिगुरु जी की फतेह।
नलुए ने नेत्र खोले और बीबी के चेहरे तो आँदी पाए आदा मरदानी वर्दी है बाणा पठाणा दे लड़के दे है कोई लड़की। जब उन्हें चेहरा समार के तकिया सियाण गया कह दिया तो हरसरन कौर है तेरी बेटी है। हस के आदा बेटी तू पहली आवाज ऐ नहीं पूछा तू कौन है बेटी तू हरसरन कौर सुन होगी। आह एक साल हो गया मुड़ के दर्शन नहीं हो वर्दी पठाणा दे लड़के दी इन्हें पहली आवाज कहता बेटी तू मैं नहीं सियाण सकती सी वो हथ बन के आदी पिता जी गल तो थोड़ी ठीक है मैं थोड़ी तो पुत्री हाँ हरसरन पर मजबूरी है भी मैं साल बाद तुसी मैनू कदे देखिया नहीं एक पठाणा दे लड़के दी वर्दी मरदामा पेश तुसी मैनू पहली नजर च किवें सियाणिया यह कोई दब दृष्टि है या हिरदे की अख खुली है ये दसो। ननुवाद बेटी जरा धर्म का नाता है धर्म का वो चैनी कशिश है जे मेरे घर भी धियां भी जम पैन तेरे जिन्ना प्यार मेरा उन्हें बीच नहीं हो सकता जरा तेरे कल है वो तो होंगे ने संस्कार धियां पुत लैन देन ये नाता अपना गुरु कलगी वाले दे दर ते होया तू मेरी पुत्री मैं तेरा पिता। बेटी मैं तो भाषण आने लग गई सी वे हरसरन कौर आ गई जब तू गेट बड़ी सी वैदखाने का पर एक गल दस तेरे को परचा खैर सुख तो है नहीं रात दे 12 बजे तू परचा लेके जमरौत के बिचों इतने काम की आई गल की सी हुण लड़की आ दी है पिता जी मिर्जा सम्मी खान ने किया धोखा उन्हें 40,000 सैना लेके रात रात किले के आले दुआले होके उन्हें 3 बजे किया हमला 3 बजे हमला करके जंगी बिगल बजाता 750 सिंह चारे पासे खंडे फड़के उतरिया सारा दिन असी जोर घमसाण का जंग किया हुंदा रहा पर एक गल है भैया 4 बजे शाम के मिर्जा सम्मी खान जालम ने किले की चौथी बाहू च 4 तोपा छड़ के पाड़ पाता टुकड़े तासी करते हुण इत्थे फिर शेर वांगू भबकिया जद पता लगे ना किले की कंध च पाड़ पै गया जानी हरी सिंह नलुए दे दिल च पाड़ पै गया दसदा दे खबरां हुण आ कविता सुनो। हरसरन कौर अपने पिता नलुए जरनल नूं बैदखाने मरीज नूं सुनेहे वह जमनौत दे किले दे जंग दे इउं दिंदी हो पहला था ते गजारी चौदह तर में बाबल ना पहला फते बलाई चौदह तर में बाबल ना लिखिया महासिंह दा परचा कद फड़ाया ओ है कोई सख्त संदेशा कह दे प्यारी पुत्री नो पढ़ के हाल सुना दे नलुए ने फुरमाया भज के करी गदारी धोखे बाज पठाना ने सच आखा भज के करी गदारी धोखे बाज पठाना ने फौजा चाड़ रात नो जंगी बिगल बजा
जालम सम्मी जरनल ने छड़िया तोपा उन्हें पहाड़ किले विच पाया। जब हर सरन कौर ने दस्या ना नलुए नूं भई चार बजे शाम दे तक जंग हुंदा रहो, साडा सिंह 250 हो गया शहीद, 250 हो गया जख्मी, असी शाम तक जालमां नूं किले दे नेड़े नहीं आउण दित्ता। पर हरसरन कौर कहिंदी नलुए नूं जदों 4 बजे शाम दे 4 तोपां ला के मिर्जा सम्मी खां ने किले की चौथी बाही च छड़िया, उन्हां तोपां च गोले नहीं हुंदे सी, धूआं धारे हुंदा रौणे, किले की बाही च पाड़ पै गया। जद सुनिया ना हरी सिंह नलुए ने भी किले की चौथी बाही च पाड़ पै गया, 40 दिन का मरीज सी नलुआ, बैदखाने पिया सी, बस फिर तो जानी उहदे दिल विच पाड़ पै गया। हरी सिंह नलुआ अपने बैड तो खड़ा हो गया, खंडा हर वक्त कोले हुंदा सी उठा लिया। वैद आए आदे नलुआ जी, हो सकदा तुहाडी मौत हो जाए, नाड़ फट जाए, 40 दिन दे मरीज हो तुसी। नलुआ कहिंदा ओ वैदो, तुहानूं सिंघां दी जिंदगी ते मौत बारे नहीं पता, सिंघां दी जिंदगी किद्दां हुंदी है ते मौत किद्दां हुंदी है। जे मेरे कन्न च इह आवाज़ पैगी भी काबल दे पठाणा ने जमरौद दे किले ते कब्जा कर लिया, मेरी एक मौत नहीं, मेरी 100 मौतां वर्गी मौत है। मैं आपदे जिउंदे जिउंदे यह नहीं चाहुंदा भी पठाणा ने जमरौद दे किले ते कब्जा कर लिया, मैं लड़ के शहीद हो जा, पिछों जो अकाल पुरख की मर्जी हुंदा रहे। हरसरन कौर नूं कहिंदे नलुआ, बेटी मुड़ जा वापस, जा तू कह दे जथेदार महा सिंह नूं भई तड़के दे 3 बजे तू अपनी सैना लैके जिहड़े पासे पठाणा दी सैना दा चारे पासे। नलुआ कहिंदा पेशावर वल मूंह करके नारा ला के जथेदार महा सिंह जिहड़ा 100-200 उहदे कोले सिंह है उह लै के चढ़ाई करके एक वारी नारा ला के ना कलंगी वाले गुरु दा खंडा खड़काउणा शुरू कर देवे। जथेदार महा सिंह, मैं 3 वजन तो पहलां पहलां 11,000 शेर दिल फौज लैके अपनी सैना लैके मैं मैदान विच पहुंचा होवांगा। उस बीबी हरसरन कौर ने मोड़ के लिया के जथेदार नलुए नूं कह दिता, पिता जी तैयारी अपना कहता जथेदार महा सिंह नूं, मेरे पिता नलुआ जी आ रहे ने, तैयारी करके 3 बजे नारा ला दो गुरु दा। बीबी हरसरन कौर ने आके जथेदार महा सिंह नूं खबर देती, वादी मेरे पिता नलुआ जी 3 बजन तो पहला पहला अपनी 11,000 शेर दिल फौज दे नाल वो बैठे होंगे जमरौद दे नेड़े, तुहानू हुक्म है भी 3 बजे जमरौद वल नारा ला के खंडा खड़कना शुरू कर दो। नलुआ कहिंदा अगे तो इदा हुंदा सी भी जे कोई हथ खड़े कर दे ते वार नहीं करना, डिग पे उहदे ते नहीं करना, पठाना ने कीता धोखा, मिर्जा सम्मी खां ने सुते पए सिंघां ते कीता हमला, हुण इह नहीं देखना कोई हथ खड़े करे कोई पैर करे टुकड़े करी जाणा। कहिंदे ने हरी सिंह नलुआ 3 वजदे नूं जद आके जमरौद दे नेड़े अड्डा लग्गिया, इधरों जथेदार महा सिंह ने जिहड़ा सबूत सी सिंह 200-250 वह लेके रणभूमि विच खंडा चालू करता, तो पठान भी खड़े हो गए। जब युद्ध होने लग्या तो पिछों नलुए ने आके भी नारा लाता, जब नलुए ने बोलिया ना बोले सो निहाल ते सत श्री अकाल, कहिंदे नलुए की आवाज़ पत्थर पाड़ती जाती हुंदी, पठान समझ चुके भई हरी सिंह नलुआ आ गया। हत्थां दे तो उन्हें हथियार छुट्टने सी, हुण अगे तां जथेदार महा सिंह है, पिछे नलुए दी सैना, टुकड़े करी जाण, ढेरियां लाई जाण, आदे ने दिन चढ़दे तक खासा नबेड़ा पाता।
ਤੜਕੇ ਨੂੰ ਮਿਰਜ਼ਾ ਸੰਮੀ ਖਾਂ ਨੇ ਇੱਕ ਹੋਰ ਚਾਲ ਖੇਲੀ। ਮਿਰਜ਼ਾ ਸੰਮੀ ਖਾਂ ਕਹਿੰਦਾ ਨਲੂਆ ਬਚਨ ਦਾ ਪੂਰਾ ਹੈ ਮਰੀਜ਼, ਮੈਂ ਇਹਨੂੰ ਕਹਾਂ ਵੀ ਤੂੰ ਇਕੱਲੇ ਨਾਲ ਇਕੱਲਾ ਯੁੱਧ ਕਰ, ਫੌਜ ਤੇਰੀ ਤੇਰੇ ਪਿੱਛੇ, ਮੇਰੀ ਮੇਰੇ ਪਿੱਛੇ, ਤੂੰ ਵੀ ਜਰਨਲ ਮੈਂ ਵੀ ਜਰਨਲ, ਪਹਿਲਾਂ ਆਪਣੀ ਜਿੱਤ ਹਾਰ ਹੋਵੇ। ਮਿਰਜ਼ਾ ਸੰਮੀ ਖਾਂ ਨੇ ਖੰਡਾ ਉਠਾ ਕੇ ਉੱਚਾ ਆਵਾਜ਼ ਦੇਤਾ, ਮੈਂ ਹਰੀ ਸਿੰਘ ਨਲੂਏ ਨੇ ਇੱਕ ਆਵਾਜ਼ ਦਿੰਦਾ ਕਿਹੜੀ, ਵੀ ਲੋਕਾਂ ਦੇ ਪੁੱਤ ਨਾ ਮਰਵਾਓ ਜੰਗ 'ਚ, ਤੂੰ ਵੀ ਜਰਨਲ ਮੈਂ ਵੀ ਜਰਨਲ, ਆਪਣਾ ਦੋਹਾਂ ਜਰਨਲਾਂ ਦਾ ਮੁਕਾਬਲਾ ਹੋਵੇ। ਅੰਦਰ ਮਿਰਜ਼ਾ ਸੰਮੀ ਖਾਂ ਦੇ ਇਹ ਵੀ 40 ਦਿਨ ਦਾ ਮਰੀਜ਼ ਹੈ, ਖੰਡਾ ਤੋਂ ਚੱਲਣਾ ਨਹੀਂ, ਬਸ ਮੈਂ ਦੇ ਟੁਕੜੇ ਕਰ ਦੂੰ ਸਾਡੀ ਜਿੱਤ ਹੋਜੂ। ਮਿਰਜ਼ਾ ਸੰਮੀ ਖਾਂ ਦੀ ਆਵਾਜ਼ ਸੁਣ ਗਈ ਹਰੀ ਸਿੰਘ ਨਲੂਏ ਨੂੰ, ਉਹ ਘੋੜਾ ਛੇੜ ਕੇ ਅੱਗੇ ਆ ਗਿਆ, ਖਾਲਸੇ ਨੂੰ ਕਹਿੰਦਾ ਪਿੱਛੇ ਹਟ ਜਾਓ। ਪਹਿਲੇ ਦਿਨ ਆਵਾਜ਼ ਪਈ ਹੈ ਮਿਰਜ਼ਾ ਸੰਮੀ ਖਾਂ ਦੀ, ਮੈਂ ਇਕੱਲਾ ਯੁੱਧ ਚਾਹੁੰਦਾ ਇਕੱਲੇ ਨਾਲ। ਉਹਨੇ ਮਿਰਜ਼ਾ ਸੰਮੀ ਖਾਂ ਦੇ ਨੇੜੇ ਹੋ ਕੇ ਕਿਹਾ ਤੂੰ ਆਪਣੀ ਸੈਨਾ ਪਿੱਛੇ ਹਟਾ, ਗੁਰੂ ਕਾ ਖਾਲਸਾ ਪਿੱਛੇ ਹੈ, ਆ ਮੈਦਾਨ 'ਚ ਆਪਾਂ ਯੁੱਧ ਕਰੀਏ। ਦੋਵੇਂ ਹੋ ਗਏ ਆਹਮਣੋ ਸਾਹਮਣੇ। ਹੁਣ ਇੱਥੇ ਇਉਂ ਦੱਸਿਆ ਮਿਰਜ਼ਾ ਸੰਮੀ ਖਾਂ ਦਾ ਅਤੇ ਹਰੀ ਸਿੰਘ ਨਲੂਏ ਦਾ ਜਿਹੜਾ ਜਮਰੋਲ ਦੇ ਕਿਲੇ ਦੇ ਬਾਬਤ 16ਵੀਂ ਜੰਗ ਦੇ ਮੈਦਾਨ ਵਿੱਚ ਖੰਡਾ ਖੜਕਿਆ ਸੀ, ਉਹ ਸੁਣੋ। ਮਿਰਜ਼ਾ ਸੰਮੀ ਖਾਂ ਅਤੇ ਹਰੀ ਸਿੰਘ ਨਲੂਏ ਦਾ ਜੰਗ ਇਉਂ ਹੁੰਦਾ ਸੀ। ਆ ਗਏ ਥਰ ਸੀਸ ਤਲੀ ਤੇ ਦੋਵੇਂ ਬਲਵਾਨ ਜੀਏ, ਹੀਰਾ ਇੱਕ ਸਿੱਖ ਕੌਮ ਦਾ ਦੂਜਾ ਪਠਾਨ ਜੀ, ਕੀਤਾ ਧੰਨਵਾਦ ਰਣਾ ਮੇ, ਕੀਤਾ ਧੰਨਵਾਦ ਬਣਾ ਮੇ, ਸੰਮੀ ਨੂੰ ਪਿਆਰ ਧਾਰ ਸੀਨਾ ਸੀ ਪਰਬਤ ਵਰਗਾ, ਨਲਵੇ ਸਰਦਾਰ ਧਾਰ ਸੀਨਾ ਸੀ ਪਰਬਤ ਵਰਗਾ, ਕਾਬਲ ਦਾ ਕਾਬਲ ਜਰਨਲ ਨਲੂਏ ਨੂੰ ਕਹਿੰਦਾ ਸੀ, ਪਹਿਲਾਂ ਕਰਬਾਰ ਆਪਦਾ ਹੋਣੀ ਨਾਲ ਕਹਿੰਦਾ ਸੀ, ਹਸਤੀ ਜੋ ਚੁੱਲੇ ਸੰਮੀ, ਹਸਤੀ ਜੋ ਚੁੱਲੇ ਸੰਮੀ, ਜੋਬਨ ਦਮਕਾਰ ਦਾ ਸੀਨਾ ਸੀ ਪਰਬਤ ਵਰਗਾ, ਨਲੂਏ ਸਰਦਾਰ ਦਾ ਸੀਨਾ ਸੀ ਪਰਬਤ ਵਰਗਾ। ਤੇਰਾ ਧੰਨਵਾਦ ਪਠਾਣਾ ਜਾਵਾਂ ਬਲਹਾਰ, ਰਹਿ ਜੇ ਨਾ ਦਿਲ ਵਿੱਚ ਤੇਰੇ ਕਰ ਲਾ ਤਿੰਨ ਵਾਰ, ਕਰਕੇ ਤੇ ਕੌਲ ਜ਼ਬਾਨੋ, ਕਰਕੇ ਤੇ ਖੌਲ ਜ਼ਬਾਨੋ, ਨਲੂਆ ਨੀ ਹਾਰਦਾ ਸੀਨਾ ਸੀ ਪਰਬਤ ਵਰਗਾ, ਨਲੂਏ ਸਰਦਾਰ ਦਾ ਸੀਨਾ ਸੀ ਪਰਬਤ ਵਰਗਾ। ਨਲੂਏ ਨੇ ਕਿਹਾ ਪਠਾਣਾ ਮੇਰੀ ਹੁਣ ਵਾਰੀ ਐ, ਦੇ ਦੇ ਤੋਂ ਜੰਦ ਲਾਡਲੀ ਦੋਜ ਕਦੀ ਤਿਆਰੀ ਐ, ਆਖਰ ਦਾ ਦਰਸ਼ਨ ਕਰ ਲੈ, ਆਖਰ ਦਾ ਦਰਸ਼ਨ ਕਰ ਲੈ, ਸਾਗਰ ਸੰਸਾਰ ਦਾ ਸੀਨਾ ਸੀ, ਸੀਨਾ ਸੀ ਪਰਬਤ ਵਰਗਾ, ਨਲੂਏ ਸਰਦਾਰ ਦਾ ਸੀਨਾ ਸੀ ਪਰਬਤ ਵਰਗਾ। ਉਹ ਬਿਜਲੀ ਜੋ ਕੜਕਾ ਸੰਮੀ ਨਲੂਏ ਤੇ ਜਾ ਕੇ ਤੇ, ਕੀਤੇ ਤਿੰਨ ਵਾਰ ਕਰ ਦੇ ਪੈਰ ਜਮਾ ਕੇ ਤੇ, ਟਹਿ ਗਿਆ ਸੀ ਬੁਜੜਨਾ ਵਿੱਚ ਉਹਦੇ ਹੰਕਾਰ ਦਾ ਸੀਨਾ ਸੀ ਪਰਬਤ ਵਰਗਾ, ਨਲੂਏ ਸਰਦਾਰ ਦਾ ਸੀਨਾ ਸੀ ਪਰਬਤ ਵਰਗਾ। ਮੇਰਾ ਤਾਂ ਬਾਣ ਪਠਾਣਾ ਭੀਸ਼ਮ ਦਾ ਬਾਣ ਹੈ, ਰੋਕਿਆ ਨੀ ਰੁਕਣਾ ਤੈਤੋਂ ਕਾਲ ਭਗਵਾਨ ਹੈ, ਖੰਡਾ ਏ ਕਲੰਗੀ ਤਰਦਾ ਸਿਤ ਮੈਂ ਗੁਜ਼ਾਰਦਾ, ਸੀਨਾ ਸੀ ਪਰਬਤ ਵਰਗਾ, ਨਲੂਏ ਸਰਦਾਰ ਦਾ ਸੀਨਾ ਸੀ ਪਰਬਤ ਵਰਗਾ।
ਚੰਦ ਈਦ ਦਾ ਕਾਬਲ ਸਰਕਾਰ ਦਾ ਸੀਨਾ ਸੀ ਪਰਬਤ ਵਰਗਾ ਨਲਵੇ ਸਰਦਾਰ ਦਾ ਸੀਨਾ ਸੀ ਪਰਬਤ ਵਰਗਾ समी खां बार करी जांदे तीन वार हो गए। नलुआ कहिंदा पठाना मेरी वारी है जरा तैयार हो जाओ। आदे ने फिर मस्तक नूं कीता ठारा सेरा खंडा शुरू। ओदे मस्तक विच मार के खंडा दो फाड़ा करके मिर्जा समी खां तां करता ढेरी रणा विच सोह में जंग विच पठान भजे काबल नूं मगर आ गया गुरु का खालसा ढेरिया लाने तुरे गए। आज ने खेबर के पहाड़ा तक मैदान बिल्कुल पद्धर कर दिता उन्हें पठाना का। ऐदा सोहनी जंग की जित सेरा मरीज नलुए के सिर उत्ते आया। बेनती करते हैं कि हरी सिंह नलुए वर्गा तुहानू मैं दस्या सी सारी दुनिया के बुद्धिजीवी सिख जगत जो दर्जा नलुए नूं दिंदा है नाम जपन वाला और महान हस्ती बचन का पूरा गुरु का सिंह सोलह ने खिताब मिलया तो नलुए नूं मिलया। इन्ना कुछ कहिंदे खेमा दे जा चुको आग्या दिओ गुरनाम सिंह जी बराड़ बासी अरक वाले और भाई इकबाल सिंह ते राज सिंह जी फेरो के श्याम सिंह भट्टीवाल आग्या मंगदे ने संगता तो बोलदा तो गलती हुंदी आ माफ करियो। वाहिगुरु जी का खालसा वाहिगुरु जी की फतेह।